पंकज बंदन पाक पंकज पंकज बंदन सिमरो अंगद दोख निकंदन अमरदास गुर हेर दत्यावो जी हेर दत्यावो श्री गुरु रामदास गुण गामो श्री अर्जुन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोविंद सिंह बिसाला गुरु तेग बहादुर परम कृपाला परम कृपाला श्री गुरु गोविंद सिंह बिसाला तनो तहरा पर पुन पुन सीसा पुन पुन सीसा बंद हो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सच हो वाहे गुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चबर छत्र तखत दे मालक समरथ गुरु प्रतख गुरु दीन दयाल कृपाल अंतरजामी सच्चे पातशाह हाजरा हजूर जहरा जहूर सर्ब कला भरपूर लोक परलोक के रखेक शब्दा अवतार सच्चे पातशाह
ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਮਿਹਰ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸੱਚੇ ਪਾਤਸ਼ਾਹ, ਚਬਰ ਛਤਰ ਤਖਤ ਦੇ ਮਾਲਕ, ਧੰਨ 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 ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ, ਪ੍ਰੇਮ ਨਾਲ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਿਰ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਈਮਾਨ ਗੁਰੂ ਕੀ ਸਾਜੀ ਨਵਾਜੀ, ਗੁਰੂ ਜੀ ਦੀ ਪਿਆਰੀ, ਗੁਰੂ ਜੀ ਦੀ ਸਵਾਰੀ, ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਦਇਆ ਕੀਤੀ, ਮਿਹਰ ਕੀਤੀ ਸਾਨੂੰ ਸਾਰਿਆਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਸ਼ੁਭ ਸਮਾਂ, ਬਖਸ਼ਿਸ਼ ਭਰਿਆ ਸਮਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਇਹ ਸਮਾਂ ਪ੍ਰਾਪਤ ਹੋਇਆ। ਕਿਉਂ ਜੇ ਬਾਹਰ ਬਾਜ਼ਾਰ ਵਿੱਚ ਵੇਖੀਏ, ਆਸੇ ਪਾਸੇ ਵੇਖੀਏ, ਅਤੇ ਇੱਥੇ ਆ ਕੇ ਸਤਿਗੁਰੂ ਜੀ ਦੀ ਹਾਜ਼ਰੀ ਦਾ ਮਾਹੌਲ ਵੇਖੀਏ, ਅਤੇ ਮਨ ਵਿੱਚ ਕਰੋੜਾਂ ਵਾਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰ ਨਿਕਲਦਾ ਵੀ ਸੱਚੇ ਪਾਤਸ਼ਾਹ ਤੁਹਾਡਾ ਬਹੁਤ ਹੀ ਸ਼ੁਕਰ ਹੈ ਜਿਹੜਾ ਤੁਸੀਂ ਸਾਨੂੰ ਆਪਣੀ ਹਾਜ਼ਰੀ ਵਿੱਚ ਬਿਠਾਇਆ ਮਹਾਰਾਜ। ਬਾਹਰ ਹਰ ਪਾਸੇ ਹਨੇਰ ਗਰਦੀ ਹੈ, ਪਰ ਗੁਰੂ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਹਮੇਸ਼ਾ ਹੀ ਸੁੱਖ ਵਰਤਦਾ ਹੈ। ਸੋ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਜਿੱਥੇ ਸਤਿਗੁਰਾਂ ਦੇ ਸੋਹਣੇ ਦਰਸ਼ਨ ਕਰ ਰਹੇ ਸੀ, ਕਰ ਰਹੇ ਹੋ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਜਸ ਗਾਵ ਹੋ ਵਡਭਾਗੀ ਹੋ, ਕਰ ਕਿਰਪਾ ਭਗਵੰਤ ਜੀ। ਉਹ ਮਹਾਰਾਜ ਕਹਿਣ ਲੱਗੇ, ਵੱਡੇ ਭਾਗਾਂ ਵਾਲਿਓ, ਪਰਮੇਸ਼ਰ ਦਾ ਜਸ ਗਾਇਆ ਕਰੋ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਕੌਣ ਕੌਣ ਗਾ ਰਿਹਾ ਇਹਦੇ ਬਾਰੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਲੰਮੀ ਲਿਸਟ ਦਿੱਤੀ ਸਾਨੂੰ ਬਾਣੀ ਵਿੱਚ ਜੀ, ਪਰ ਅਖੀਰ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਸੇਈ ਤੁਦ ਨੋ ਗਾਵਹਿ ਜੋ ਤੁਦ ਭਾਵਨ। ਗਾਉਂਦੇ ਵੀ ਉਹ ਨੇ ਜਿਨ੍ਹਾਂ ਤੇ ਰੱਬ ਦੀ ਮਿਹਰ ਹੋ ਜਾਏ ਜੀ, ਜਿਨ੍ਹਾਂ ਤੇ ਆਪ ਵਾਹਿਗੁਰੂ ਕਿਰਪਾ ਕਰ ਦੇਵੇ, ਉਹਨਾਂ ਦੇ ਮੁੱਖੋਂ ਫਿਰ ਸਾਧ ਸੰਗਤ ਜੀ ਵਾਹਿਗੁਰੂ ਨਿਕਲਦਾ ਜੀ। ਬੰਦਾ ਲੱਖ ਯਤਨ ਕਰ ਲਏ, ਜਿਹਦੇ ਤੇ ਰੱਬ ਦੀ ਮਿਹਰ ਨਹੀਂ ਹੈ, ਤੁਸੀਂ ਉਸ ਨਾਸਤਕ ਨੂੰ ਆਖੀ ਜਾਓ ਵੀ ਬੋਲ ਵਾਹਿਗੁਰੂ, ਤੇ ਸੰਗਤ ਜੀ ਉਹਦੇ ਮੁੱਖੋਂ ਵਾਹਿਗੁਰੂ ਨਹੀਂ ਨਿਕਲੇਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਬਾਣੀ ਸੱਚੀ ਹੈ, ਸੇਈ ਤੁਧ ਨੋ ਗਾਵਨ ਜੋ ਤੁਧ ਭਾਵਨ। ਉਹੋ ਹੀ ਰੱਬ ਨੂੰ ਗਾਉਂਦੇ ਜਿਹੜੇ ਉਹਨੂੰ ਚੰਗੇ ਲੱਗਦੇ ਨੇ ਜੀ, ਉਹਨੂੰ ਚੰਗੇ ਲੱਗਦੇ ਨੇ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਨੇ ਉਹ ਫਿਰ ਪਰਮੇਸ਼ੁਰ ਨੂੰ ਚੰਗੇ ਲੱਗਦੇ, ਤੋ ਪਰਮੇਸ਼ੁਰ ਦਾ ਦਿਨ ਰਾਤ ਜਸ ਕਰਦੇ ਜੀ। ਅੱਠੇ ਪੈਰ ਉਹਨਾਂ ਦਾ ਕੰਮ ਹੀ ਵਾਹਿਗੁਰੂ ਜੀ ਦਾ ਜਸ ਕਰਨਾ ਜੀ। ਉਹਨਾਂ ਦਾ ਕਿਰਤ ਮਹਾਰਾਜ ਨੇ ਲਿਖ ਦਿੱਤੀ, ਵਾਹਿਗੁਰੂ ਜੀ ਦਾ ਜਸ ਕਰਨਾ ਜੀ। ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ, ਮਹਾਰਾਜ ਕਹਿੰਦੇ ਵੱਡੇ ਭਾਗਾਂ ਵਾਲਿਓ ਰੱਬ ਦਾ ਜਸ ਕਰਿਆ ਕਰੋ। ਕਹਿਣ ਲੱਗੇ, ਜਸ ਗਾਵ ਹੋ ਵਡਭਾਗੀ ਹੋ। ਸੰਗਤ ਜੀ, ਜਸ ਗਾਉਣਾ ਕੀ ਹੁੰਦਾ? ਜਸ ਗਾਉਣਾ, ਜਸ ਗਾਉਣਾ ਹੁੰਦਾ ਉਹਦੀਆਂ ਸਿਫਤਾਂ ਕਰਨੀਆਂ ਜੀ, ਕਿਸੇ ਨੂੰ ਵੱਡਾ ਕਰਕੇ ਆਖਣਾ। ਜਿੱਥੇ ਹੋਰ ਬੰਦਿਆਂ ਦੀ ਸਿਫਤ ਕਰਦਾ ਬੰਦਾ ਵੀ ਫਲਾਣਾ ਬੜਾ ਹੀ ਚੰਗਾ, ਫਲਾਣਾ ਬਹੁਤ ਨੇਕ ਹੈ, ਉਹਦਾ ਸੁਭਾਅ ਬੜਾ ਵਧੀਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਿੱਖੋ
ਇਸੇ ਤਰ੍ਹਾਂ ਵਾਹਿਗੁਰੂ ਜੀ ਦਾ ਜਸ ਗਾਇਆ ਕਰੋ। ਪਰਮੇਸ਼ਰ ਜੀ ਬਹੁਤ ਵੱਡੇ ਨੇ ਜੀ, ਬਹੁਤ ਵੱਡੇ ਨੇ। ਤੇ ਸੰਗਤ ਜੀ, ਆਮ ਜੇ ਬੰਦੇ ਰੱਬ ਦਾ ਜਸ ਕਰਨ ਲੱਗ ਪਏ ਤੇ ਪਰਮੇਸ਼ਰ ਦੇ ਜਸ ਵਿੱਚ ਇੰਨੀ ਤਾਕਤ ਹੈ, ਪਰਮੇਸ਼ਰ ਨੇ ਉਹਨਾਂ ਨੂੰ ਵੀ ਬਹੁਤ ਵੱਡਿਆਂ ਹੀ ਬਣਾ ਦਿੱਤਾ ਜੀ, ਵੱਡਿਆਂ ਬਣਾ ਦਿੱਤਾ, ਇੰਨਿਆਂ ਵੱਡਿਆਂ ਬਣਾ ਦਿੱਤਾ ਵੀ ਆਪਾਂ ਹਰ ਰੋਜ਼ ਉਹਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲੀ ਜਾਂਦੇ ਹਾਂ ਜੀ। ਹਰ ਰੋਜ਼ ਅਰਦਾਸ ਵਿੱਚ ਆਪਾਂ ਕਹਿੰਦੇ ਜਿੰਨਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਤੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਦਿਨ ਰਾਤ ਬੇਅੰਤ ਥਾਵਾਂ ਤੇ ਦਿਨ ਵਿੱਚ ਕਈ ਵਾਰੀ ਅਰਦਾਸ ਹੁੰਦੀ ਤੇ ਨਾਮ ਜਪਣ ਵਾਲਿਆਂ ਦਾ ਧਿਆਨ ਧਰ ਕੇ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਸੰਗਤ ਵਾਹਿਗੁਰੂ ਬੋਲਦੀ ਹੈ ਜੀ। ਤੁਸੀਂ ਕਦੇ ਸੁਣਿਆ ਕਿਸੇ ਫਲਾਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੜੇ ਪੈਸੇ ਇਕੱਠੇ ਕੀਤੇ, ਬੜੇ ਘਰ ਉਹਨੇ ਬਣਾਏ ਤੇ ਉਹਦੀ ਕਮਾਈ ਦਾ ਧਿਆਨ ਧਰ ਕੋਈ ਨਹੀਂ ਕਹਿੰਦਾ ਜੀ? ਉਹਨਾਂ ਦੀ ਜਿਹੜੀ ਕਮਾਈ ਹੈ, ਹੋ ਸਕਦਾ ਉਹ ਬੰਦੇ ਦੇ ਅੰਦਰ ਤ੍ਰਿਸ਼ਨਾ ਪੈਦਾ ਕਰ ਦੇਵੇ ਜੀ, ਹੋ ਸਕਦਾ ਉਹਨਾਂ ਦੀ ਕਮਾਈ ਬੰਦੇ ਦੇ ਅੰਦਰ ਲੋਭ ਪੈਦਾ ਕਰ ਦੇ, ਲਾਲਚ ਪੈਦਾ ਕਰ ਦੇ, ਪਰ ਨਾਮ ਜਪਣ ਵਾਲਿਆਂ ਦੀ ਜਦੋਂ ਬੰਦਾ ਕਮਾਈ ਦਾ ਧਿਆਨ ਧਰਦਾ ਤੇ ਅੰਦਰ ਠੰਡ ਵਰਤ ਜਾਂਦੀ ਹੈ ਜੀ, ਮਨ ਠੰਡਾ ਹੋ ਜਾਂਦਾ ਜੀ। ਇਸੇ ਕਰਕੇ ਦਿਨ ਰਾਤ ਆਖਿਆ ਜਾਂਦਾ ਗੁਰੂ ਘਰਾਂ ਵਿੱਚ ਵੀ ਜਿੰਨਾ ਨਾਮ ਜਪਿਆ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਤੁਸੀਂ ਵੀ ਬੋਲੋ ਵਾਹਿਗੁਰੂ, ਤੇ ਸੰਗਤ ਬੋਲਦੀ ਹੈ ਜੀ। ਹਾਂਜੀ, ਸੰਗਤਾਂ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਬੋਲਦੀਆਂ ਜਿੰਨਾ ਜਸ ਕੀਤਾ ਜੀ, ਹੋਰ ਨਹੀਂ। ਤੇ ਦਿਹਾੜੀ ਦੇ ਵਿੱਚ ਦੋ ਤਿੰਨ ਵਾਰੀ ਸਮਾਂ ਰੱਖ ਲਓ ਜਦੋਂ ਵਾਹਿਗੁਰੂ ਨੂੰ ਵੱਡਿਆਂ ਕਹਿਣਾ ਵੀ ਪਰਮੇਸ਼ਰ ਬਹੁਤ ਵੱਡਾ ਜੀ, ਪਰਮੇਸ਼ਰ ਬਹੁਤ ਵੱਡਾ, ਰੱਬ ਦਾ ਜਸ ਕਰਨਾ ਜੀ, ਰੱਬ ਦੀਆਂ ਸਿਫਤਾਂ ਕਰਨੀਆਂ। ਤੇ ਤੁਸੀਂ ਵੇਖੀ ਚੱਲੋ, ਆਪਣਾ ਸਰੀਰ ਵੇਖ ਕੇ ਰੱਬ ਦੀਆਂ ਸਿਫਤਾਂ ਕਰੀ ਚੱਲੋ ਤੇ ਰੱਬ ਦੀਆਂ ਸਿਫਤਾਂ ਨਹੀਂ ਮੁੱਕਣੀਆਂ ਜੀ। ਆਪਣਾ ਸਰੀਰ ਵੇਖੀ ਚੱਲੀਏ ਤੇ ਰੱਬ ਦੀਆਂ ਸਿਫਤਾਂ ਕਰੀ ਚੱਲੀਏ ਤੇ ਪਰਮੇਸ਼ਰ ਦੀਆਂ ਸਿਫਤਾਂ ਨਹੀਂ ਮੁੱਕਣੀਆਂ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦਾ ਜਸ ਕਰਨ ਵਾਸਤੇ ਵੀ ਉਹਦੀ ਕਿਰਪਾ ਮੰਗਣੀ ਹੈ। ਕਰ ਕਿਰਪਾ ਭਗਵੰਤ ਜੀਓ, ਹੇ ਪਰਮੇਸ਼ਰ ਜੀ ਸਾਡੇ 'ਤੇ ਕਿਰਪਾ ਕਰੋ, ਆਪਾਂ ਰੱਬ ਪਰਮੇਸ਼ਰ ਜੀ ਦਾ ਜਸ ਕਰ ਸਕੀਏ ਜੀ। ਸੋ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਲੜੀਵਾਰ ਗੁਰੂ ਘਰ ਦਾ ਇਤਿਹਾਸ ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ। ਬੜੇ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਫਿਰ ਆਖੋ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਦੇ ਅੰਦਰ ਭਾਵਨਾ ਪਿਆਰ ਹੈ, ਭਰੋਸਾ ਹੈ ਸਤਸੰਗਤ ਦੀ, ਉਹ ਅਨੰਦਪੁਰ ਸਾਹਿਬ ਵਿੱਚ ਪਹੁੰਚ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਗੁਰੂ ਸਾਹਿਬ ਜੀ ਦੇ ਕੋਲੋਂ ਬੜੀਆਂ ਬੜੀਆਂ ਵੱਡੀਆਂ ਦਾਤਾਂ ਲੈ ਗਏ ਜੀ, ਬੜੀਆਂ ਬੜੀਆਂ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਪਰ ਉਹਨਾਂ ਵਿੱਚ ਭੀਮ ਚੰਦ ਆਇਆ, ਆਪੋ ਆਪਣੇ ਸੁਭਾਅ ਦੀ ਗੱਲ ਹੁੰਦੀ ਹੈ, ਉਹਨਾਂ ਵਸਤੂਆਂ ਨੂੰ ਵੇਖ ਕੇ ਸਿੱਖ ਖੁਸ਼ ਹੁੰਦੇ ਸਨ, ਉਹਨਾਂ ਵਸਤੂਆਂ ਨੂੰ ਹੀ ਭੀਮ ਚੰਦ ਨੇ ਵੇਖਿਆ ਤਾਂ ਉਹਦੇ ਅੰਦਰ ਲੋਭ ਲਾਲਚ ਪੈਦਾ ਹੋ ਗਿਆ ਜੀ। ਤੁਸੀਂ ਸਾਰੀ ਕਥਾ ਸੁਣੀ, ਕਦੀ ਵਕੀਲ ਆਇਆ, ਕਦੀ ਵਜ਼ੀਰ ਆਇਆ, ਕਦੀ ਕੋਤਵਾਲ ਆਇਆ। ਗੁਰੂ ਸਾਹਿਬ ਬੜੇ ਸਪਸ਼ਟ ਸੁਭਾਅ ਦੇ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਇੱਕ ਰਸ ਜਵਾਬ ਦੇ ਕੇ ਤੋਰ ਦਿੱਤਾ। ਅਤੇ ਸਤ ਸੰਗਤ ਜੀ, ਕੱਲ੍ਹ ਤੁਸੀਂ ਸੁਣਿਆ ਜਿਹੜੇ ਮਸੰਦ ਸਨ ਉਹ ਮਾਤਾ ਜੀ ਨੂੰ ਕਈ ਪ੍ਰਕਾਰ ਦੀਆਂ ਗੱਲਾਂ ਸਿਖਾ ਕੇ ਅਤੇ ਮਾਤਾ ਗੁਜਰੀ ਜੀ ਨੂੰ ਦਸਵੇਂ ਪਾਤਸ਼ਾਹ ਦੇ ਕੋਲ ਭੇਜਿਆ ਵੀ ਮਾਤਾ ਜੀ, ਤੁਸੀਂ ਗੁਰੂ ਸਾਹਿਬ ਨੂੰ ਆਖੋ ਵੀ ਮਹਾਰਾਜ ਜੰਗ ਨਾ ਕਰਨ ਜੀ। ਮਾਤਾ ਜੀ ਗੁਰੂ ਸਾਹਿਬ ਦੇ ਕੋਲ ਆਏ ਅਤੇ ਸੰਗਤ ਜੀ,
ਕੱਲ ਫਿਰ ਤੁਸੀਂ ਦਸਵੇਂ ਪਾਤਸ਼ਾਹ ਦੇ ਆਪਣੇ ਬਚਨ ਸੁਣੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਕਹਿਣ ਲੱਗੇ, ਮਾਤਾ ਜੀ ਅਸੀਂ ਇਸ ਸੰਸਾਰ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਆਏ ਹਾਂ। ਸਾਡੀ ਕਰਤਾ ਪੁਰਖ ਵਾਹਿਗੁਰੂ ਜੀ ਵੱਲੋਂ ਡਿਊਟੀ ਲੱਗੀ, ਜ਼ਿੰਮੇਵਾਰੀ ਲੱਗੀ ਹੈ। ਤੁਸੀਂ ਕਹਿੰਦੇ ਹੋ ਜੰਗ ਨਹੀਂ ਕਰਨੀ, ਸਾਨੂੰ ਕਈ ਜੰਗਾਂ ਕਰਨੀਆਂ ਪੈਣੀਆਂ। ਕਹਿਣ ਲੱਗੇ, ਮਾਤਾ ਜੀ ਜੇ ਅਸੀਂ ਇਹਨਾਂ ਨੂੰ ਹੁਣ ਜੰਗ ਕਰਕੇ ਨਾ ਰੋਕਿਆ, ਇਹਨਾਂ ਬੰਦਿਆਂ ਨੇ ਆਉਣ ਵਾਲੇ ਸਮੇਂ 'ਚ ਦੁਨੀਆਂ ਨੂੰ ਬੜਾ ਦੁਖੀ ਕਰਨਾ। ਮਹਾਰਾਜ ਕਹਿਣ ਲੱਗੇ, ਇੰਨਾ ਦੁਖੀ ਕਰਨਾ। ਕਹਿਣ ਲੱਗੇ, ਫਿਰ ਕੱਲ੍ਹ ਨੂੰ ਲੋਕਾਂ ਨੇ ਇਹਨਾਂ ਦਾ ਨਾਮ ਸੁਣ ਕੇ ਡਰਿਆ ਕਰਨਾ। ਕਹਿਣ ਲੱਗੇ, ਮਹਾਰਾਜ ਕਹਿੰਦੇ ਅਜੇ ਤਾਂ ਤੁਸੀਂ ਵੇਖਿਆ ਨਹੀਂ ਇਹਨਾਂ ਨੂੰ, ਇਹਨਾਂ ਨੇ ਲੋਕਾਂ ਨੂੰ ਕਿੰਨਾ ਦੁਖੀ ਕਰਨਾ। ਅਤੇ ਸੱਚੀ ਗੱਲ ਹੈ, ਜਿਹੜੇ ਰਾਜਨੀਤਿਕ ਬੰਦੇ ਹੁੰਦੇ ਨੇ ਵੋਟਾਂ ਵਾਸਤੇ ਜਦੋਂ ਹੱਥ ਜੋੜਦੇ ਉਦੋਂ ਚਿਹਰਾ ਹੋਰ ਹੁੰਦਾ ਜੀ, ਅਤੇ ਜਦੋਂ ਕੁਰਸੀ 'ਤੇ ਬਹਿ ਜਾਂਦੇ ਉਦੋਂ ਚਿਹਰਾ ਹੋਰ ਹੋ ਜਾਂਦਾ ਜੀ। ਮਹਾਰਾਜ ਕਹਿੰਦੇ, ਮਾਤਾ ਜੀ ਇਹਨਾਂ ਨੇ ਅਜੇ ਲੋਕਾਂ ਨੂੰ, ਸੰਗਤਾਂ ਨੂੰ, ਆਮ ਲੋਕਾਂ ਨੂੰ ਬੜਾ ਤੰਗ ਕਰਿਆ ਕਰਨਾ। ਕਹਿਣ ਲੱਗੇ, ਇਸ ਕਰਕੇ ਇਹਨਾਂ ਦਾ ਸੌਦਾ ਆਪਾਂ ਹੁਣੇ ਹੀ ਲਾ ਦੇਣਾ। ਕਹਿਣ ਲੱਗੇ, ਅਤੇ ਮਾਤਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਆਪਣੇ ਸਿੱਖਾਂ ਨੂੰ ਸੁੱਖ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਸਾਡੇ ਸਿੱਖਾਂ ਦੀ ਵੀ ਗੱਲ ਛੱਡ ਦਿਓ, ਜਿੱਥੇ ਆਪਾਂ ਦੁਸ਼ਟਾਂ ਦਾ ਨਾਸ਼ ਕਰਨਾ ਹੈ ਉੱਥੇ ਜਿਹੜੇ ਸਾਨੂੰ ਪਿਆਰ ਕਰਦੇ ਸਾਡੇ ਸਿੱਖ, ਅਸੀਂ ਇਸ ਜਨਮ ਵਿੱਚ ਕੀ ਅਸੀਂ ਲੋਕ ਪ੍ਰਲੋਕ ਵਿੱਚ ਉਹਨਾਂ ਨੂੰ ਦੁੱਖ ਨਹੀਂ ਆਉਣ ਦਿੰਦੇ। ਕਹਿਣ ਲੱਗੇ, ਅਸੀਂ ਲੋਕ ਪ੍ਰਲੋਕ ਵਿੱਚ ਉਹਨਾਂ ਨੂੰ ਦੁੱਖ ਨਹੀਂ ਆਉਣ ਦਿੰਦੇ। ਸੰਗਤ ਜੀ ਗੱਲ ਸੱਚੀ ਹੈ। ਮਹਾਰਾਜ ਸੱਚੇ ਪਾਤਸ਼ਾਹ ਬੜੇ ਵੱਡੇ ਜਿਹੜੇ ਸ਼ਸਤਰ ਬਸਤਰ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਜਿਹੜੀ ਮਰਜ਼ਾਦਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇਹਨੂੰ ਧਾਰਨ ਕਰਨ ਵਾਲਾ ਬੰਦਾ ਕਦੇ ਵੀ ਦੁਖੀ ਨਹੀਂ ਚਿਹ ਸਕਦਾ ਜੀ। ਸਿੱਖ ਮਹਾਰਾਜ ਨੂੰ ਕਹਿੰਦੇ, ਮਹਾਰਾਜ ਕੰਘਾ 'ਤੇ ਕੋਈ ਸਿਰ 'ਚ ਨਹੀਂ ਲਾਉਂਦਾ ਜੀ, ਚਲੋ ਸਿਰ ਵਾਹ ਕੇ ਕੇਸ ਵਾਹ ਕੇ ਕੰਘਾ ਲੋਕ ਰੱਖ ਦਿੰਦੇ ਜੀ, ਪਰ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਕੰਘਾ ਸਿਰ 'ਚ ਲਾ ਕੇ ਰੱਖਣਾ ਦਸਵੇਂ ਪਾਤਸ਼ਾਹ। ਮਹਾਰਾਜ ਤੁਸੀਂ ਕਹਿੰਦੇ ਹੋ ਕੰਘਾ ਸਿਰ ਵਿੱਚ ਲਾ ਕੇ ਰੱਖਣਾ, ਇਹਦਾ ਭਾਵ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਿੰਘੋ ਕੰਘੇ ਵਾਲੇ ਸਿਰ ਤੋਂ ਅਸੀਂ ਪਛਾਣ ਕਰਾਂਗੇ, ਜੇ ਕਿਤੇ ਸਿਰ ਭੁੱਲ ਭੁਲੇਖੇ ਵੀ ਨਰਕ 'ਚ ਚਲੇ ਗਿਆ ਤਾਂ ਦੂਰੋਂ ਵੇਖ ਕੇ ਕੱਢ ਲੈਣਾ। ਕਹਿਣ ਲੱਗੇ, ਦੂਰੋਂ ਵੇਖ ਕੇ ਕੱਢ ਲੈਣਾ। ਕਹਿਣ ਲੱਗੇ, ਅਤੇ ਸਾਧ ਸੰਗਤ ਜੀ ਇਹ ਜਿਹੜਾ ਰੂਪ ਹੈ ਇਹ ਗੱਲ ਸੱਚੀ ਹੈ। ਸੱਚੇ ਪਾਤਸ਼ਾਹ ਕਹਿੰਦੇ ਇਸ ਲੋਕ ਵਿੱਚ ਤਾਂ ਛੱਡੋ, ਅਸੀਂ ਹਲਤ ਪਲਤ ਦੋਵਾਂ ਵਿੱਚ ਆਪਣੇ ਸਿੱਖਾਂ ਦੀ ਰਾਖੀ ਕਰਾਂਗੇ ਜੀ। ਇੱਕ ਗਿਆਨੀ ਜੀ ਹੋਏ, ਗਿਆਨੀ ਹਰੀ ਸਿੰਘ ਜੀ, ਉਹਨਾਂ ਇੱਕ ਪੁਸਤਕ ਲਿਖੀ ਸੀਗੀ, ਮੈਂ ਉਹ ਪੜ੍ਹ ਰਿਹਾ ਸਾਂ। ਬੜੇ ਪੁਰਾਤਨ ਨੇ ਜੀ ਉਹ, ਹੁਣ ਸਰੀਰ ਤਿਆਗ ਗਏ। ਗੁਰਮਤ ਕਥਾ ਕਹਾਣੀਆਂ ਉਹਨਾਂ ਪੁਸਤਕ ਲਿਖੀ ਅਤੇ ਮੈਂ ਉਹ ਪੜ੍ਹ ਕੇ ਹੈਰਾਨ ਹੋ ਗਿਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਇੱਕ ਮੁਸਲਮਾਨ ਬੰਦਾ ਉਹ ਸਿੱਖਾਂ ਦਾ ਲੰਮਾ ਲੰਮਾ ਦਾੜਾ ਵੇਖ ਕੇ, ਗੋਡਿਆਂ ਤੱਕ ਕਸ਼ਹਿਰਾ ਵੇਖ ਕੇ ਅਤੇ ਗੁਰੂ ਜੀ ਦੀ ਪਹਿਨੀ ਹੋਈ ਸ੍ਰੀ ਸਾਹਿਬ ਵੇਖ ਕੇ ਅਤੇ ਮਜ਼ਾਕ ਕਰਿਆ ਕਰੇ ਜੀ, ਮਜ਼ਾਕ ਕਰਿਆ ਕਰੇ, ਬੜਾ ਬੁਰਾ ਬੋਲਿਆ ਕਰੇ ਜੀ। ਉਹਨੇ ਆਖਣਾ ਵੀ ਇਹ ਤੁਸੀਂ ਕੀ ਕਰਨ ਦੇ ਜੇ? ਆਪਣੀ ਉਹਦੀ ਦਾੜੀ ਸੀਗੀ, ਕਿਉਂ ਕਈ ਮੁਸਲਮਾਨ ਵੀਰ ਵੀ ਦਾੜੀ ਰੱਖਦੇ ਜੀ, ਪਰ ਉਹਨੇ ਸਿੱਖਾਂ ਨੂੰ ਬੜਾ ਮਜ਼ਾਕ ਕਰਿਆ ਕਰਨਾ। ਅਤੇ ਸਾਧ ਸੰਗਤ ਸਮਾਂ ਪਿਆ, ਉਹ ਆਪ ਜਦੋਂ ਮਰਿਆ ਅਤੇ ਸਾਰਾ ਘਰ ਪਰਿਵਾਰ ਰਾਤ ਨੂੰ ਉਹ ਮਰਿਆ, ਪਰਿਵਾਰ ਵਾਲਿਆਂ ਨੇ ਡਿਊਟੀ ਲਾ ਲਈ। ਪਹਿਲਾਂ ਬੱਚੇ ਕੋਲ ਬੈਠੇ ਰਹੇ ਸਰੀਰ ਦੇ, ਫਿਰ ਹੋਰ ਬੈਠੇ। ਜਦੋਂ ਉਹਦੀ ਵਹੁਟੀ ਦਾ ਸਮਾਂ ਆਇਆ ਨਾ ਜੀ ਬਹਿਣ ਦਾ, ਉਹ ਜਿਹੜਾ ਮਰਿਆ ਹੋਇਆ ਬੰਦਾ ਸੀਗਾ ਉਹ ਉੱਠ ਕੇ ਬੈਠ ਗਿਆ ਜੀ। ਕਈ ਮੰਗੇ ਵੀ ਮੈਨੂੰ ਕਈ ਹੱਥ ਵਿੱਚ ਫੜਾਓ ਜੀ। ਹੁਣ ਉਹ ਜਦੋਂ ਕਈ ਮੰਗੇ ਤਾਂ ਉਹਦੀ ਵਹੁਟੀ ਪਹਿਲਾਂ ਹੀ ਚੀਕਾਂ ਮਾਰਦੀ ਬਾਹਰ ਆ ਗਈ ਜੀ, ਇਹ ਤਾਂ ਭੂਤ ਹੈ। ਕਹਿਣ ਲੱਗੀ,
ਇਹ ਤੇ ਮਰਿਆ ਉੱਠ ਗਿਆ ਤੇ ਜਦੋਂ ਕਈ ਮੰਗੇ ਨਾ ਜੀ ਇਹ ਸੱਚੀ ਘਟਨਾ ਹੈ ਉਹਨੇ ਫਟਾਫਟ ਬਾਹਰ ਆ ਕੇ ਤੇ ਕਮਰੇ ਨੂੰ ਕੁੰਡੀ ਮਾਰ ਦਿੱਤੀ ਜੀ ਉਹ ਅੰਦਰ ਦਵਾਈਆਂ ਪਾਏ ਵੀ ਬੂਹਾ ਖੋਲੋ ਤੇ ਮੈਨੂੰ ਕਈ ਫੜਾਓ ਕਹਿਣ ਲੱਗਾ ਲੋਕ ਬੜੇ ਹੈਰਾਨ ਹੋਏ ਗਰਮੀਆਂ ਦੇ ਦਿਨ ਸੀ ਲੋਕ ਛੱਤਾਂ 'ਤੇ ਸੁੱਤੇ ਸੀਗੇ ਇਹ ਘਟਨਾ ਵੀ ਉਹਨਾਂ ਅੰਮ੍ਰਿਤਸਰ ਦੇ ਨੇੜੇ ਪਿੰਡ ਦੀ ਲਿਖੀ ਹੈ ਜੀ ਉਹ ਦੱਸਦੇ ਕਹਿਣ ਲੱਗੇ ਘਰ ਕਰਾ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਰਾਤ ਵੀ ਫਲਾਣਾ ਬੰਦਾ ਜਿਹੜਾ ਮਰਿਆ ਸੀ ਉਹ ਜਿਉਂਦਿਆਂ ਹੋ ਗਿਆ ਅਤੇ ਉੱਠ ਕੇ ਕਈ ਮੰਗਦਾ ਲੋਕ ਇਹ ਵੀ ਆਖਣ ਵੀ ਭੂਤ ਹੈ ਕੋਈ ਅਤੇ ਸਾਧ ਸੰਗਤ ਸਾਰਾ ਪਿੰਡ ਇਕੱਠਾ ਹੋ ਗਿਆ ਪਿੰਡ ਦਾ ਜਿਹੜਾ ਸਰਪੰਚ ਸੀ ਨਾ ਉਹ ਬੂਹੇ ਦੇ ਬਾਹਰ ਖਲੋ ਕੇ ਕਹਿਣ ਲੱਗਾ ਵੀ ਤੂੰ ਕਈ ਕੀ ਕਰਨੀ ਹੈ ਕਈ ਮੰਗਦਾ ਚੱਲ ਮੰਨ ਲਿਆ ਤੂੰ ਜਿੰਦਾ ਹੋ ਗਿਆ ਅਤੇ ਕਈ ਕੀ ਕਰਨੀ ਹੈ ਉਹ ਕਹਿੰਦਾ ਪਹਿਲਾਂ ਬੂਹਾ ਖੋਲੋ ਅਤੇ ਫਿਰ ਦੱਸਾਂਗਾ ਉਹ ਕਹਿੰਦੇ ਸਾਨੂੰ ਤਾਂ ਨਹੀਂ ਕਿਸੇ ਨੂੰ ਕਈ ਮਾਰੇਗਾ ਉਹ ਕਹਿੰਦੇ ਨਹੀਂ ਤੁਸੀਂ ਦਰਵਾਜ਼ਾ 'ਤੇ ਖੋਲੋ ਦਰਵਾਜ਼ਾ ਖੋਲਿਆ ਹੱਥ 'ਚ ਕਈ ਫੜਾਈ ਅਤੇ ਪਿੰਡ ਦੇ ਲੋਕ ਕਹਿੰਦੇ ਪਹਿਲਾਂ ਦੱਸ ਵੀ ਤੂੰ ਕਈ ਕਰਨੀ ਕੀ ਹੈ ਉਹ ਬੰਦਾ ਬੈਠ ਗਿਆ ਕੰਨਾਂ ਨੂੰ ਹੱਥ ਲਾਏ ਸੰਗਤ ਜੀ ਉਹਨੇ ਕੰਨਾਂ ਨੂੰ ਹੱਥ ਲਾਏ ਕਹਿਣ ਲੱਗਾ ਸਾਰੀ ਉਮਰ ਮੈਂ ਗੁਰੂ ਘਰ ਦੇ ਸਿੱਖਾਂ ਨੂੰ ਮਜ਼ਾਕ ਕਰਦਾ ਰਿਹਾ ਕਹਿਣ ਲੱਗੇ ਮਜ਼ਾਕ ਕਰਦਾ ਰਿਹਾ ਉਹਨਾਂ ਦੇ ਕਛਹਿਰੇ ਵੇਖ ਵੇਖ ਕੇ ਉਹਨਾਂ ਦੀ ਪਾਈ ਸ੍ਰੀ ਸਾਹਿਬ ਵੇਖ ਕੇ ਅਤੇ ਮੈਂ ਮਜ਼ਾਕ ਕਰਦਾ ਰਿਹਾ ਅਤੇ ਸੁਣ ਲਓ ਮਰਨ ਤੋਂ ਬਾਅਦ ਮੇਰਾ ਬੜਾ ਬੁਰਾ ਹਾਲ ਹੋ ਰਿਹਾ ਸੀ ਕਹਿਣ ਲੱਗਾ ਮੈਨੂੰ ਮਰਨ ਤੋਂ ਬਾਅਦ ਇਹੋ ਜਿਹੀ ਥਾਂ 'ਤੇ ਲੈ ਗਏ ਜਿੱਥੇ ਬੜਾ ਭਿਆਨਕ ਵਾਤਾਵਰਣ ਸੀ ਅਤੇ ਮਰਿਆਂ ਹੋਇਆਂ ਨੂੰ ਸਜਾਵਾਂ ਦੇ ਰਹੇ ਸੀਗੇ ਜੀ ਸੰਗਤ ਜੀ ਹੁਣ ਵਾਹਿਗੁਰੂ ਜੀ ਦਾ ਨਾਮ ਜਪਣ ਦਾ ਸਮਾਂ ਹੈ ਅਤੇ ਕਈ ਵਾਰੀ ਫਿਰ ਆਪਾਂ ਸੁਣਦੇ ਮਰਨ ਤੋਂ ਬਾਅਦ ਵੀ ਬੰਦੇ ਦੀ ਜ਼ਿੰਦਗੀ 'ਚ ਬੜਾ ਦੁੱਖ ਲਿਖਿਆ ਹੁੰਦਾ ਜੀ ਉਹ ਕਹਿਣ ਲੱਗਾ ਇੱਕ ਲਹੂ ਹੱਡੀਆਂ ਮਿੱਝ ਦੇ ਨਾਲ ਭਰੀ ਹੋਈ ਕੋਈ ਥਾਂ ਸੀਗੀ ਨਹਿਰ ਸੀਗੀ ਅਤੇ ਮੇਰੀ ਆਤਮਾ ਨੂੰ ਰੂਹ ਨੂੰ ਖਿੱਚ ਖਿੱਚ ਕੇ ਧੂ ਧੂ ਕੇ ਖੜ ਰਹੇ ਸਨ ਅਤੇ ਮੇਰੇ ਦਾੜੇ ਤੋਂ ਫੜਿਆ ਹੋਇਆ ਸੀਗਾ ਅਤੇ ਮੇਰੇ ਕੰਨਾਂ 'ਚ ਆਵਾਜ਼ ਪਈ ਇੱਕ ਗੁਰੂ ਕਾ ਸਿੱਖ ਕਹਿਣ ਲੱਗਾ ਮਹਾਰਾਜ ਆ ਜੰਮ ਜਿਹੜੇ ਨੇ ਨਾ ਇਹ ਭੁਲੇਖੇ ਦੇ ਨਾਲ ਸਿੰਘ ਨੂੰ ਦਾੜੀ ਤੋਂ ਫੜ ਕੇ ਸਜਾ ਦੇ ਰਹੇ ਨੇ ਅਤੇ ਅੱਗੋਂ ਕਹਿਣ ਲੱਗਾ ਆਵਾਜ਼ ਆਈ ਮੇਰੇ ਕੰਨਾਂ 'ਚ ਜਿਵੇਂ ਗੁਰੂ ਸਾਹਿਬ ਬੋਲੇ ਹੋਣ ਵੀ ਇਹ ਸਿੰਘ ਨਹੀਂ ਹੈਗਾ ਇਹ ਤਾਂ ਸਿੰਘਾਂ ਨੂੰ ਮਜ਼ਾਕ ਕਰਨ ਵਾਲਾ ਕਹਿਣ ਲੱਗੇ ਇਹ ਤਾਂ ਮਜ਼ਾਕ ਕਰਦਾ ਸਿੰਘਾਂ ਨੂੰ ਅਤੇ ਇਹ ਸਰਵਰੀਆਂ ਦਾ ਚੇਲਾ ਕਰਮ ਬੜੇ ਮਾੜੇ ਕੀਤੇ ਹੁਣ ਰਾਖੀ ਕਰਨ ਕੋਈ ਨਹੀਂ ਆ ਰਿਹਾ ਕਹਿਣ ਲੱਗਾ ਅੱਗੋਂ ਆਵਾਜ਼ ਆਈ ਸਿੰਘ ਦੀ ਮਹਾਰਾਜ ਜੋ ਵੀ ਹੈ ਮਹਾਰਾਜ ਦਾ ਦਾੜਾ ਬੜਾ ਸੋਹਣਾ ਸੱਚੇ ਪਾਤਸ਼ਾਹ ਇਹਦੀ ਦਾੜਾ ਬੜਾ ਸੋਹਣਾ ਅਤੇ ਦਾੜੇ ਤੋਂ ਫੜ ਕੇ ਲੈ ਕੇ ਜਾ ਰਹੇ ਨੇ ਮੇਰੇ ਮਨ 'ਚ ਤਰਸ ਆ ਰਿਹਾ ਅਤੇ ਜੇ ਉਹ ਨਹੀਂ ਕਿਰਪਾ ਕਰਦੇ ਤਾਂ ਤੁਸੀਂ ਕਰਦੇ ਹੋ ਸੱਚੇ ਪਾਤਸ਼ਾਹ ਜੇ ਉਹ ਨਹੀਂ ਨਾ ਕਿਰਪਾ ਕਰਦੇ ਸਰਵਰੀਏ ਤਾਂ ਤੁਸੀਂ ਕਿਰਪਾ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੰਘਾ ਉਹ ਤਾਂ ਤੈਨੇ ਛੁੱਟਣਾ ਨਹੀਂ ਕਹਿਣ ਲੱਗੇ ਪਰ ਹੁਣ ਤੇਰੀ ਸਿਫਾਰਿਸ਼ ਕਰਕੇ ਕਹਿਣ ਲੱਗੇ ਇਹਨੂੰ ਛੱਡਣ ਦਾ ਪੁਰਨਾ ਬਣਾ ਲੈਂਦੇ ਹਾਂ 3 ਸਾਲਾਂ ਦਾ ਇਹਨੂੰ ਸਮਾਂ ਦਿੱਤਾ ਦਾੜਾ ਹੈ ਕੇਸ ਰੱਖੇ ਅੰਮ੍ਰਿਤ ਛੱਕ ਕੇ ਆ ਜਾਏ ਤਾਂ 3 ਸਾਲਾਂ ਬਾਅਦ ਸੱਚਖੰਡ 'ਚ ਥਾਂ ਦੇ ਦਿਆਂਗੇ ਕਹਿਣ ਲੱਗੇ ਗੁਰੂ ਸਾਹਿਬ ਮਾਲਕ ਨੇ ਨਾ ਜੋ ਮਰਜ਼ੀ ਕਰ ਸਕਦੇ ਜੀ ਉਹ ਉੱਠ ਕੇ ਕਹਿਣ ਲੱਗਾ ਮੈਨੂੰ ਕਈ ਫੜਾਓ ਜਿਨ੍ਹਾਂ ਨੂੰ ਮੈਂ ਮੰਨਦਾ ਰਿਹਾ ਉਹਨਾਂ 'ਤੇ ਰਾਖੀ ਨਹੀਂ ਕੀਤੀ ਪਹਿਲਾਂ ਉਹਨਾਂ ਨੂੰ ਢਾਵਾਂ ਕਹਿਣ ਲੱਗਾ ਜਾ ਕੇ ਉਹਨਾਂ ਨੂੰ ਢਾਵਾਂ ਅਤੇ ਕੰਨਾਂ ਨੂੰ ਹੱਥ ਲਾਇਆ ਗੁਰੂ ਕੇ ਸਿੱਖਾਂ ਨੂੰ ਮਜ਼ਾਕ ਨਹੀਂ ਕਰਨਾ ਕਹਿਣ ਲੱਗਾ ਗੁਰੂ ਕੇ ਸਿੰਘਾਂ ਨੂੰ ਕਦੀ ਵੀ ਮਜ਼ਾਕ ਨਹੀਂ ਕਰਨਾ ਦਿਨ ਚੜ੍ਹਨ ਤੱਕ ਕਹਿਣ ਲੱਗਾ 5 ਪਿਆਰੇ ਲਿਆਓ ਅਤੇ ਮੈਨੂੰ ਅੰਮ੍ਰਿਤ ਛਕਾਓ ਛੇਤੀ ਛੇਤੀ ਦੀ ਅਤੇ ਉਹ ਕਿਤਾਬ ਮੇਰੇ ਕੋਲ ਪਈ ਹੈ ਤੁਸੀਂ ਪੜ੍ਹ ਸਕਦੇ ਹੋ ਉਹਦੇ ਵਿੱਚ ਦੱਸਿਆ ਘੋੜੇ 'ਤੇ ਸਿੰਘ ਗਿਆ ਜੀ
ਇੱਥੇ ਅੰਮ੍ਰਿਤਸਰ ਅਕਾਲ ਤਖਤ ਸਾਹਿਬ 'ਤੇ ਆਇਆ ਅਤੇ ਦਿਨੇ ਫਿਰ ਪੰਜ ਪਿਆਰੇ ਇਕੱਠੇ ਹੋਏ, ਉਹਨੇ ਆਪ ਵੀ ਅੰਮ੍ਰਿਤ ਛਕ ਲਿਆ ਅਤੇ ਉਹਨੇ ਆਪਣੇ ਪਰਿਵਾਰ ਨੂੰ ਵੀ ਅੰਮ੍ਰਿਤ ਛਕਾਇਆ ਜੀ। 3 ਸਾਲਾਂ ਬਾਅਦ ਉਹ ਬੰਦਾ ਚਾਲਾ ਮਾਰ ਗਿਆ ਜੀ ਬਾਅਦ ਵਿੱਚ ਜੀ, ਜਿਹੜਾ ਉਹਨੇ ਆਖਿਆ ਸੀ। ਕਹਿਣ ਦਾ ਭਾਵ ਇਹ ਹੈ ਸੰਗਤ ਜੀ, ਜੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ, ਅਤੇ ਮਹਾਰਾਜ ਫਿਰ ਰਾਖੀ ਵੀ ਕਰਦੇ ਨੇ ਜੀ। ਇਹ ਬਚਨ ਹਵਾ 'ਚ ਨਾ ਸਮਝ ਲਿਓ ਦਸਵੇਂ ਪਾਤਸ਼ਾਹ ਦੇ, ਵੀ ਮਹਾਰਾਜ ਐਵੇਂ ਹੀ ਬੋਲਣ ਦਏ ਮਾਤਾ ਜੀ ਨੂੰ। ਮਹਾਰਾਜ ਕਹਿੰਦੇ ਮਾਤਾ ਜੀ, ਦੁਸ਼ਟਾਂ ਦਾ ਨਾਸ਼ ਤਾਂ ਅਸੀਂ ਕਰਨਾ ਹੀ ਹੈ, ਪਰ ਜਿਹੜੇ ਸਾਡੇ ਹੋਣਗੇ ਉਹਨਾਂ ਨੂੰ ਲੋਕ ਪਰਲੋਕ ਵਿੱਚ ਦੁੱਖ ਨਹੀਂ ਆਉਣ ਦੇਣਾ ਕਹਿਣ ਲੱਗੇ। ਅਤੇ 6ਵੇਂ ਪਾਤਸ਼ਾਹ ਦਾ ਬਚਨ ਮੈਂ ਆਪ ਜੀ ਨਾਲ ਬੜੀ ਵਾਰੀ ਸਾਂਝਾ ਕੀਤਾ। 6ਵੇਂ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਹਿੰਦੇ, ਸਿੱਖੋ ਜਿਹੜਾ ਇੱਕ ਵਾਰ ਆਖੇਗਾ ਨਾ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਕਹਿਣ ਲੱਗੇ ਜੰਮ ਨਹੀਂ ਨੇੜੇ ਆਉਣ ਦਿਆਂਗੇ ਜੀ, ਜੰਮ ਨਹੀਂ ਨੇੜੇ ਆਉਣ ਦਿਆਂਗੇ। ਸੰਗਤ ਜੀ, ਆਮ ਬੰਦਿਆਂ ਦੀ ਪਹੁੰਚ ਨਹੀਂ ਹੈਗੀ ਇੱਥੋਂ ਤੱਕ ਜੀ, ਆਮ ਮਨੁੱਖਾਂ ਦੀ ਇੱਥੋਂ ਤੱਕ, ਆਮ ਇਸ਼ਟਾਂ ਦੀ ਵੀ ਪਹੁੰਚ ਨਹੀਂ ਜੇ ਇੱਥੋਂ ਤੱਕ ਹੈਗੇ, ਇਹ ਗੁਰੂ ਦੀਆਂ ਹੀ ਵਡਿਆਈਆਂ ਨੇ ਜੀ। ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਮਾਤਾ ਜੀ ਨੂੰ ਆਖਿਆ, ਸਿੱਖਾਂ ਨੂੰ ਦੁੱਖ ਨਹੀਂ ਆਉਣ ਦਿੰਦੇ ਪਰ ਜੰਗ ਵੀ ਅਸੀਂ ਕਰਨਾ ਕਹਿਣ ਲੱਗੇ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਤੁਸੀਂ ਇਹਨਾਂ ਮਸੰਦਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ, ਮਸੰਦਾਂ ਕੋਈ ਨਾ ਕੋਈ ਗੱਲ ਬਣਾ ਕੇ ਤੁਹਾਨੂੰ ਦੱਸਦੇ ਹੀ ਰਹਿਣਾ ਜੀ। ਇਸ ਤਰੀਕੇ ਨਾਲ ਮਹਾਰਾਜ ਨੇ ਮਾਤਾ ਜੀ ਦੇ ਨਾਲ ਕੀਤੇ ਬਚਨ, ਉਹ ਬਚਨ ਸਾਧ ਸੰਗਤ ਜੀ ਤੁਸੀਂ ਸਰਵਣ ਕੀਤੇ, ਅਤੇ ਮਸੰਦਾਂ ਦੇ ਬਾਰੇ ਫਿਰ ਜਿਹੜੇ ਮਹਾਰਾਜ ਨੇ ਬਚਨ ਕੀਤੇ ਉਹ ਵੀ ਸਰਵਣ ਕਰ ਲਏ। ਮਹਾਰਾਜ ਕਹਿੰਦੇ ਬਹੁਤਾ ਸ਼ੱਕ ਛਕਾ ਕੇ ਇਹਨਾਂ ਦੀ ਮੱਤ ਖਰਾਬ ਹੋ ਗਈ ਕਹਿਣ ਲੱਗੇ। ਹੁਣ ਇਹਦੇ ਤੋਂ ਅੱਗੇ ਸਾਧ ਸੰਗਤ ਜੀ ਜੋ ਗੁਰੂ ਘਰ ਦੀ ਕਥਾ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ, ਫਿਰ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੱਖ ਮਹਿਮਾ ਕੋ ਕਰਹਿ ਨਾ ਟਾਰੋ। ਮਸੰਦ ਬੜੇ ਡਰਾਕਲ ਸਨ ਜੀ, ਉਹਨਾਂ ਵਿੱਚੋਂ ਇੱਕ ਮਸੰਦ ਸੀ ਜਿਹੜਾ ਦਲੇਰ ਸੀਗਾ ਜੀ। ਉਸ ਮਸੰਦ ਦਾ ਨਾਮ ਭਾਈ ਨੰਦ ਚੰਦ ਸੀਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਨੰਦ ਚੰਦ ਜੀ ਕਹਿਣ ਲੱਗੇ, ਹੈ ਇਹ ਵੀ ਮਸੰਦ ਨੇ ਜੀ। ਸੰਗਤ ਨੂੰ ਮਹਾਰਾਜ ਕੋਲ ਲੈ ਕੇ ਆਉਂਦੇ ਨੇ ਅਤੇ ਭੇਟਾ ਵੀ ਗੁਰੂ ਸਾਹਿਬ ਨੂੰ ਦਿੰਦੇ ਨੇ, ਪਰ ਡਰਾਕਲ ਨਹੀਂ ਸੀਗੇ ਜੀ। ਮਸੰਦ ਭਾਈ ਨੰਦ ਚੰਦ ਜੀ ਮਾਤਾ ਜੀ ਨੂੰ ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਭੀਮ ਚੰਦ ਤੁਹਾਨੂੰ ਬੰਦਾ ਸਮਝ ਕੇ ਬੈਠਾ, ਮਹਾਰਾਜ ਤੁਹਾਨੂੰ ਮਨੁੱਖ ਸਮਝ ਕੇ ਬੈਠਾ, ਤਾਂ ਭੀਮ ਚੰਦ ਕੱਚੀਆਂ ਗੱਲਾਂ ਕਰਦਾ। ਹਾਂਜੀ, ਚਾਹੇ ਮੰਡਿਓ ਜਗ ਅਖਾਰੋ। ਇਹ ਸੱਚੇ ਪਾਤਸ਼ਾਹ ਤੁਸੀਂ ਮਹਾਰਾਜ ਜੰਗ ਦਾ ਮਾਹੌਲ ਬਣਾਓ, ਤੁਹਾਨੂੰ ਜੰਗ ਵਿੱਚ ਵੀ ਜਾਣ ਦੀ ਲੋੜ ਨਹੀਂ ਪਏਗੀ, ਮਹਾਰਾਜ ਤੁਸੀਂ ਸਾਡੇ ਤੇ ਮਿਹਰ ਕਰ ਦਿਓ, ਅਸੀਂ ਆਪੇ ਭੀਮ ਚੰਦ ਨੂੰ ਵੇਖ ਲਵਾਂਗੇ। ਹਾਂਜੀ, ਤਾਓ ਇਸ ਵਿਧ ਕੇ ਸ਼ਸਤਰ ਪ੍ਰਹਾਰੈ, ਹਾਂਜੀ ਹਾਰੈ ਭੈ ਤੇ ਸਦਨ ਸੰਭਾਰੈ। ਮਹਾਰਾਜ ਤੁਸੀਂ ਸਾਨੂੰ ਸ਼ਸਤਰ ਚਲਾਉਣੇ ਸਿਖਾਏ ਨੇ, ਤੇ ਇਹੋ ਜਿਹੇ ਸ਼ਸਤਰ ਭੀਮ ਚੰਦ ਤੇ ਚਲਾਵਾਂਗੇ ਵੀ ਵੇਖਦਿਆਂ ਸਾਰੀ ਭੱਜੇਗਾ ਮਹਾਰਾਜ। ਸਾਧ ਸੰਗਤ ਜੀ, ਵੱਡਿਆਂ ਵੱਡਿਆਂ ਦੀ ਹਉਮੈ ਵਾਲਿਆਂ ਦਾ ਮਹਾਰਾਜ ਹਉਮੈ ਨਾਸ ਕਰ ਦਿੰਦੇ ਜੀ। ਮਹਾਰਾਜ ਭੀਮ ਚੰਦ ਦੀ ਹਉਮੈ ਨਾਸ ਹੋ ਜਾਏਗੀ, ਸਾਨੂੰ ਹੁਕਮ ਕਰੋ ਸੱਚੇ ਪਾਤਸ਼ਾਹ। ਹਾਂਜੀ, ਜਬ ਦੇਖੈ ਗੋ ਰਣ ਮੈਂ ਹਾਥ। ਇੱਕ ਵਾਰ ਉੱਥੇ ਬੈਠਾ ਭੀਮ ਚੰਦ ਗੱਲਾਂ ਕਰ ਰਿਹਾ, ਮਹਾਰਾਜ ਸਾਡੇ ਸਾਹਮਣੇ ਤੇ ਆ ਕੇ ਵੇਖੇ, ਇੱਕ ਵਾਰੀ ਸਾਡੇ ਸਾਹਮਣੇ ਆਵੇ ਰੁੰਡ ਮੁੰਡ ਕਰ ਦਿਆਂਗੇ ਮਹਾਰਾਜ, ਭਜਾ ਦਿਆਂਗੇ ਸੱਚੇ ਪਾਤਸ਼ਾਹ ਇਹਨੂੰ। ਹਾਂਜੀ, ਕਾਟੇ ਪਰੇ ਧਰਾ ਪਰਮਾਥ। ਜੇ ਭੱਜਣ ਦਾ ਵੀ ਯਤਨ ਕਰੇਗਾ ਤੇ ਵੱਢ ਕੇ ਧਰਤੀ ਤੇ ਸੁੱਟਾਂਗਾ ਮਹਾਰਾਜ। ਹੁਣ ਹੈ ਤੇ ਵੀ ਮਸੰਦ ਹੀ ਹੈ ਨਾ ਜੀ, ਪਰ ਉਹ ਦੂਜੀ ਪਾਰਟੀ ਜਿਹੜੀ ਉਹ ਆਪ ਵੀ ਨਹੀਂ ਹਥਿਆਰ ਚੁੱਕਦੀ ਤੇ ਮਾਰਨ ਨੂੰ ਵੀ ਰੋਕਦੀ ਹੈ ਜੀ। ਹਾਂਜੀ, ਉਹ ਹੈ ਤੇ ਵੀ ਮਸੰਦ ਹੈ। ਹਾਂਜੀ, ਤਬ ਹੈ ਜਾਣੈ ਨਿਜ ਹਾਥ ਗੁਮਾਨੀ, ਝੂਰੈ ਹੈ ਮੈਂ ਮਹਿਮਾ ਨਹਿ ਜਾਨੀ। ਮਹਾਰਾਜ ਫਿਰ ਇਹਨੂੰ ਹਾਥੀ ਦਿਆਂਗੇ ਚੰਗੀ ਤਰ੍ਹਾਂ, ਇਹ ਕਰੀ ਆਵੇ ਸਹੀ ਇੱਥੇ,
ਜੰਗ ਰਚੇ ਮਹਾਰਾਜ ਜੰਗ ਲੱਗੇ ਤੇ ਸਹੀ ਫਿਰ ਇਹਨੂੰ ਹਾਥੀ ਦਿਆਂਗੇ ਹਾਥੀ ਵੀ ਚੰਗਾ ਹੀ ਦਿਆਂਗੇ ਮਹਾਰਾਜ ਇਹਨੂੰ ਫਿਰ ਮਹਾਰਾਜ ਇਹ ਤੁਹਾਡੀ ਮਹਿਮਾ ਜਾਣੇਗਾ ਫਿਰ ਇਹਨੂੰ ਪਤਾ ਲੱਗੇਗਾ ਵੀ ਗੁਰੂ ਘਰ ਦੀ ਵਸਤੂ ਤੇ ਅੱਖ ਨਹੀਂ ਰੱਖੀ ਦੀ ਜੀ ਹਾਂਜੀ ਕੇਤਕ ਨਰਕੋ ਹੋਤ ਸੁਭਾਉ ਸੱਚੇ ਪਾਤਸ਼ਾਹ ਕਈਆਂ ਦਾ ਸੁਭਾਅ ਹੀ ਐਸਾ ਹੁੰਦਾ ਹਾਂਜੀ ਮਾਰ ਖਾਏ ਸਮਝੈ ਪਛਤਾਉ ਉਹਨਾਂ ਨੂੰ ਮਾਰ ਪਵੇ ਤਾਂ ਉਹਨਾਂ ਨੂੰ ਫੇਰ ਹੀ ਸਮਝ ਆਉਂਦੀ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਬਾਣੀ ਚ ਕਹਿੰਦੇ ਸੰਗਤ ਜੀ ਮੂਰਖ ਗੰਢ ਪਵੇ ਮੋਹੇ ਮਾਰ ਮੂਰਖਾਂ ਨੂੰ ਇੱਕ ਅੱਧੀ ਵੱਜੀ ਹੋਏ ਤੇ ਪਤਾ ਲੱਗਦਾ ਜੀ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਭੀਮ ਚੰਦ ਨੂੰ ਆ ਤੇ ਲੈਣ ਦਿਓ ਸੱਚੇ ਪਾਤਸ਼ਾਹ ਭੀਮ ਚੰਦ ਨੂੰ ਵੱਢ ਕੇ ਧਰਤੀ ਤੇ ਸੁੱਟ ਦਿਆਂਗਾ ਮੈਂ ਹਾਂਜੀ ਦਿਨ ਮਹਿ ਭੀਮ ਚੰਦ ਹਮ ਜਾਨਾ ਗੁਰ ਪਰਮਾਉ ਮਦ ਕਰ ਨਹਿਮਾਨਾ ਭੀਮ ਚੰਦ ਉਹਨਾਂ ਬੰਦਿਆਂ ਵਿੱਚੋਂ ਹੈ ਜਿਹੜੇ ਕੁੱਟ ਖਾ ਕੇ ਰਾਜੀ ਹੁੰਦੇ ਨੇ ਮਹਾਰਾਜ ਭੀਮ ਚੰਦ ਉਹਨਾਂ ਬੰਦਿਆਂ ਵਿੱਚੋਂ ਹੈ ਜਿਹੜੇ ਕੁੱਟ ਖਾ ਕੇ ਰਾਜੀ ਹੁੰਦੇ ਇੱਕ ਰਿਹਾ ਲੈਣ ਦਿਓ ਸੱਚੇ ਪਾਤਸ਼ਾਹ ਜੇ ਹੁਣ ਕੋਈ ਹੋਰ ਬੈਠਾ ਹੋਏ ਉਹ ਤੇ ਸੁਣ ਕੇ ਡਰਦੇ ਜੀ ਲਾਗੋ ਜੀ ਹੈ ਇਹ ਤੇ ਸਿੱਖ ਇੰਨਾ ਬੋਲਣ ਦਿਆ ਤੇ ਜੇ ਗੁਰੂ ਸਾਹਿਬ ਕਰਨਗੇ ਤੇ ਫਿਰ ਕੀ ਬਣੂਗਾ ਜੀ ਹਾਂਜੀ ਸੁਣ ਕਿਰਪਾਲ ਮਾਤੁਲ ਨੇ ਕਹਿਓ ਤੇ ਮਾਮਾ ਕਿਰਪਾਲ ਚੰਦ ਜੀ ਲਾਗੇ ਇਹ ਗੱਲ ਸੁਣ ਕੇ ਬੋਲੇ ਨੰਦ ਚੰਦ ਜੋਧਾ ਵੱਢ ਲਹਿਓ ਕਹਿਣ ਲੱਗੇ ਮਹਾਰਾਜ ਹੈ ਤੇ ਨੰਦ ਚੰਦ ਵੀ ਮਸੰਦ ਪਰ ਇਹ ਜੋਧਾ ਜੋਧਾ ਮਹਾਰਾਜ ਹੈ ਤੇ ਨੰਦ ਚੰਦ ਵੀ ਮਸੰਦ ਹੀ ਹੈ ਪਰ ਇਹ ਦੂਜਿਆਂ ਵਰਗਾ ਨਹੀਂ ਹੈਗਾ ਸੱਚੇ ਪਾਤਸ਼ਾਹ ਹਾਂਜੀ ਬ੍ਰਿੰਦ ਮਸੰਦਨ ਤੇ ਇਹ ਨਿਆਰੋ ਮਹਾਰਾਜ ਬਾਕੀਆਂ ਨਾਲੋਂ ਇਹ ਨਿਆਰਾ ਹੈ ਬਾਕੀਆਂ ਨਾਲੋਂ ਇਹ ਵਧੀਆ ਹੈ ਕਿਉਂ ਦੂਜੇ ਤੇ ਮਾਤਾ ਜੀ ਨੂੰ ਸ਼ਿਕਾਇਤਾਂ ਲਾਈ ਜਾਂਦੇ ਮਹਾਰਾਜ ਦੀਆਂ ਜੀ ਹਾਂਜੀ ਉਹ ਮਾਤਾ ਜੀ ਨੂੰ ਕਹਿੰਦੇ ਜਾ ਕੇ ਉਹਨਾਂ ਨੂੰ ਸਮਝਾਓ ਕਿਤੇ ਨਗਾਰਾ ਨਾ ਵਜਾ ਲੈਣ ਕਿਤੇ ਕੋਈ ਸ਼ਸਤਰ ਨਾ ਧਾਰਨ ਕਰ ਲੈਣ ਹਾਂਜੀ ਸਤਿਗੁਰ ਆਸ਼ੇ ਲਖਵੇ ਵਾਇਰੋ ਮਹਾਰਾਜ ਨੰਦ ਚੰਦ ਤੁਹਾਡੇ ਅੰਦਰ ਦੀ ਗੱਲ ਸਮਝ ਸਕਦਾ ਸੱਚੇ ਪਾਤਸ਼ਾਹ ਇਹ ਸਮਝਦਾ ਤੁਹਾਡੀ ਅੰਦਰ ਦੀ ਗੱਲ ਤਾਂਹੀਓ ਇੰਡੀਆਂ ਦਲੇਰੀ ਦੀਆਂ ਗੱਲਾਂ ਕਰਦਾ ਗੱਜ ਕੇ ਆਖੋ ਵਾਹਿਗੁਰੂ ਤੇ ਸਾਧ ਸੰਗਤ ਜੀ ਸਿੰਘਾਂ ਦੇ ਬੋਲੇ ਹੀ ਦਲੇਰੀ ਵਾਲੇ ਨੇ ਜੀ ਬੋਲੇ ਹੀ ਦਲੇਰੀ ਵਾਲੇ ਨੇ ਉਹ ਛੋਟਾ ਜਿਹਾ ਜਿਹੜਾ ਮਨ ਹੈ ਜਾਂ ਸੂਮ ਜਿਹਾ ਬੰਦਾ ਉਹ ਕੋਈ ਬਹੁਤਾ ਕਾਮਯਾਬ ਨਹੀਂ ਹੋ ਸਕਦਾ ਜੀ ਸਿੰਘਾਂ ਦੇ ਬੋਲੇ ਹੀ ਨਿਆਰੇ ਨੇ ਜੀ ਵੇਖੋ ਨਾ ਜੀ ਹੈ ਤੇ ਮਿਰਚ ਪਰ ਮਿਰਚ ਨੂੰ ਆਖਣਾ ਲੜਾਕੀ ਹੈ ਜੀ ਇਹਦੀ ਬੋਲੇ ਨਿਆਰੇ ਜੀ ਇਹਨਾਂ ਦੇ ਜੀ ਹਾਂਜੀ ਮਹਾਰਾਜ ਇਹ ਬੜਾ ਨਿਆਰਾ ਬੰਦਾ ਬੜੇ ਖੁੱਲ੍ਹੇ ਇਹਦੇ ਬੋਲੇ ਨੇ ਅਤੇ ਬੜਾ ਸੂਰਬੀਰ ਹੈਗਾ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਪੁਰਾਣੇ ਸਿੰਘਾਂ ਦੀ ਤਾਂ ਬੋਲੀ ਇਹੋ ਜਿਹੀ ਹੁੰਦੀ ਸੀਗੀ ਸੁਣਨ ਵਾਲਾ ਹੀ ਬੰਦਾ ਦਲੇਰ ਹੋ ਜਾਂਦਾ ਹੁੰਦਾ ਸੀਗਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਹਾਂਜੀ ਆਹ ਜਿਹੜੇ ਛੋਲੇ ਨੇ ਜੀ ਆਪਾਂ ਛੋਲੇ ਆਖਦੇ ਜੀ ਇਹਨਾਂ ਨੂੰ ਅਤੇ ਸਿੰਘ ਭਲਾ ਇਹਨਾਂ ਨੂੰ ਕੀ ਕਹਿੰਦੇ ਜੀ ਬਦਾਮ ਗੱਜ ਕੇ ਆਖੋ ਸਿੰਘ ਬਦਾਮ ਕਹਿੰਦੇ ਜੀ ਹਾਂਜੀ ਅਤੇ ਹੁਣ ਆਖਣ ਵੀ ਬਦਾਮਾਂ ਦਾ ਸਬਜ਼ਾ ਬਣਾਇਆ ਜੀ ਹਾਂਜੀ ਅਤੇ ਸੁਣਨ ਵਾਲਾ ਤਾਂ ਬੜਾ ਹੈਰਾਨ ਹੋਏਗਾ ਵੀ ਬੜੇ ਅਮੀਰ ਬੰਦੇ ਨੇ ਜੀਗੇ ਹੈਂ ਆਮ ਬੰਦੇ ਨੂੰ ਦੋ ਗਿਰੀਆਂ ਨਹੀਂ ਮਿਲਦੀ ਹੈ ਸਬਜ਼ੀ ਬਦਾਮਾਂ ਦੀ ਖਾਂਦੇ ਨੇ ਜੀ ਹੈਂ ਖੁੱਲ੍ਹੇ ਬੋਲੇ ਜੀ ਖੁੱਲ੍ਹੇ ਬੋਲੇ ਉਹ ਭਾਈ ਨੰਦ ਚੰਦ ਜੀ ਦੇ ਬੋਲੇ ਬੜੇ ਵਧੀਆ ਜੀ ਬੜੇ ਖੁੱਲ੍ਹੇ ਬੋਲੇ ਮਾਮਾ ਕਿਰਪਾਲ ਚੰਦ ਜੀ ਤੇ ਗੁਰੂ ਸਾਹਿਬ ਸੁਣ ਸੁਣ ਬੜੇ ਖੁਸ਼ ਹੋਣ ਜੀ ਹਾਂਜੀ ਸੁਣ ਸ਼੍ਰੀ ਕਲਗੀ ਧਰ ਮੁਸਕਾਏ ਮਹਾਰਾਜ ਸੱਚੇ ਪਾਤਸ਼ਾਹ ਦਲੇਰੀ ਵਾਲੀ ਗੱਲ ਸੁਣ ਕੇ ਖੁਸ਼ ਹੋਏ ਜੀ ਹੁਣ ਗੱਲ ਤੇ ਸੱਚੀ ਹੈ ਬੰਦਾ ਗੱਲ ਢਿੱਲੀ ਕਰੇ ਆਪਣੀ ਜਾਨ ਵੀ ਸੰਸੇ ਵਿੱਚ ਤੇ ਦੂਜੀ ਦੀ ਵੀ ਸੰਸੇ ਚ ਪਾ ਦਿੰਦਾ ਜੀ ਤੇ ਗੱਲ ਦਲੇਰੀ ਵਾਲੀ ਕਰੇ ਹਾਂਜੀ ਹਾਂਜੀ ਆਪਣੀ ਜਾਨ ਵੀ ਸੌਖੀ ਤੇ ਦੂਜੇ ਦੀ ਵੀ ਸੌਖੀ ਜੀ ਹਾਂਜੀ ਨਿਸ਼ਚੈ ਇਮਹੀ ਜਥਾ ਬਤਾਏ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਹੀ ਹੈ ਸਾਡੇ ਸਿੱਖਾਂ 'ਚ ਇੰਨੀ ਤਾਕਤ ਹੈ ਭੀਮ ਚੰਦ ਜਿਹੜਾ ਬੜਾ ਆਕੜਿਆ ਫਿਰਦਾ ਸਾਡੇ ਸਿੱਖ ਹੀ ਮਾਰ ਕੇ ਸੁੱਟ ਸਕਦੇ ਉਹਨੂੰ ਜੀ ਸਾਡੇ ਸਿੱਖ ਹੀ ਮਾਰ ਕੇ ਸੁੱਟ ਸਕਦੇ ਨੇ ਹਾਂਜੀ ਹਥਿਆਰਨ ਕੋ ਹਾਥ ਗਹੰਤਾ ਨਿਰਤ ਪਤ ਬਹੁ ਅਭਿਆਸ ਚਹੰਤਾ ਤੇ ਮਾਮਾ ਜੀ ਇਹ ਦੱਸਣ ਦੇ ਮਹਾਰਾਜ ਜਿਹੜਾ ਨੰਦ ਚੰਦ ਹੈ ਜਿੱਥੇ ਬਾਣੀ ਪੜ੍ਹਦਾ ਜਿੱਥੇ ਮਹਾਰਾਜ ਨੇ ਸੇਵਾ ਕਰਨੀ ਉੱਥੇ ਸ਼ਸਤਰ ਵਿੱਦਿਆ ਦਾ ਵੀ ਅਭਿਆਸ ਹੈ ਇਹਨੂੰ ਮਹਾਰਾਜ ਮਹਾਰਾਜ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਾ ਹੈ ਇਹ ਸਿੰਘ ਸਿੱਖ ਤੇ ਮਹਾਰਾਜ ਬੜਾ ਦਲੇਰ ਹੈ ਸੱਚੇ ਪਾਤਸ਼ਾਹ ਹਾਂਜੀ ਨੰਦ ਚੰਦ ਪਰ ਗੁਰ ਖੁਸ਼ੀ ਜਾਣਿਓ ਲਾਇਕ ਵੀਰ ਗੱਜ ਕੇ ਆਖੋ ਵਾਹਿਗੁਰੂ
संगत जी भाई आनंद चंद जी ने खुशी वाली गल की, भाई आनंद चंद जी होना दलेरी वाली गल की, ते अजे जंग थोड़ी लड़ी जी उन्हें, बस दलेरी वाली गल सुन के ही महाराज खुश हो गए जी उहदे ते जी। हाँ जी, चाहे ओ करियो दीवान को कृपा सिंध मत धीर। सच्चे पातशाह गरीब नवाज जी ने नंद चंद जी की गल सुन के अपने मन च फुरना बना लिया भी नंद चंद जी नूं फौजां दा मुखिया बना देना। कहन लगे गज के आखो, बस ओ दलेरी दीआं गल्लां सुन के जी। इन्ने विच महाराज ने फुरना बना लिया भी इन्हां नूं दीवान साज देना जी, इन्हां नूं मुखिया थाप देना, मौके दे उत्ते बंदा वधिया गल करे ते बड़ी बड़ी वड्डी प्राप्ति कर जांदा जी, ते मौका होवे वधिया ते गल हो जाए ढिल्ली मठी जी, वह जिहड़ी खुशी मिलनी उहदे तों वी बंदा वांझा रह जांदा जी। महाराज ने फुरना बनाया भी नंद चंद नूं दीवान बना लेना अपना सी जी, नंद चंद नूं फौजां दा मुखी थाप देना जी। हां जी, निज निकट हकार मातुल कृपाल। महाराज ने मामा कृपाल चंद जी नूं एक दिन कल्या बिठा के विचार कीती जी। हां जी, तेह लगे बुझबे गुर कृपाल। महाराज सच्चे पातशाह अपने मामा जी नूं पुछदे ने, मामा जी ਤੁਹਾਨੂੰ ਇੱਕ ਗੱਲ ਪੁੱਛੀਏ। ਹਾਂਜੀ, ਇਹ ਨੰਦ ਚੰਦ ਮਤ ਕੋ ਬਿਲੰਦ। ਮਹਾਰਾਜ ਕਹਿੰਦੇ ਮਾਮਾ ਜੀ, ਇਹ ਜਿਹੜਾ ਨੰਦ ਚੰਦ ਹੈ ਨਾ, ਗੱਲਾਂ ਬੜੀਆਂ ਦਲੇਰੀ ਵਾਲੀਆਂ ਕਰਦਾ। ਗੱਜ ਕੇ ਆਖੋ, ਉਹ ਬੋਲਦਾ ਹੀ ਬੜਾ ਸੋਹਣਾ ਜੀ, ਗੱਲਾਂ ਦਲੇਰੀ ਵਾਲੀਆਂ ਜੀ, ਬੋਲੇ ਬੜੇ ਖੁੱਲੇ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਨੰਦ ਚੰਦ ਗੱਲਾਂ ਬੜੀਆਂ ਦਲੇਰੀ ਵਾਲੀਆਂ ਕਰਦਾ। ਹਾਂਜੀ, ਬਹੁਤ ਸਾਵਧਾਨ ਗਨ ਰਿਪ ਨਿਕੰਦ। ਇਹਦੇ ਚ ਵੀ ਸ਼ੱਕ ਕੋਈ ਨੀ ਵੀ ਨੰਦ ਚੰਦ ਸਰੀਰ ਦਾ ਵੀ ਬੜਾ ਫੁਰਤੀਲਾ ਹੈ, ਛੇਤੀ ਛੇਤੀ ਬੜਾ ਬੜਾ ਕੰਮ ਕਰ ਸਕਦਾ ਨੰਦ ਚੰਦ। ਹਾਂਜੀ, ਨਿਤ ਸ਼ਸਤਰਨ ਧਰਨ ਅਭਿਆਸ ਕੀਨ, ਬਾਕੀ ਸ਼ਸਤਰਾਂ ਦਾ ਵੀ ਇਹਨੂੰ ਅਭਿਆਸ ਹੈਗਾ। ਕਹਿਣ ਲੱਗੇ ਹਾਂਜੀ, ਇੱਕ ਸਮ ਮਸੰਦ ਨਹਿ ਅਪਰ ਚੀਨ, ਵੈਰੀਆਂ ਦਾ ਨਾਸ ਵੀ ਕਰ ਸਕਦਾ ਨੰਦ ਚੰਦ। ਹਾਂਜੀ, ਗੁਰ ਵਡਨ ਪਾਸ ਇਨਕੇ ਵਡੇਰ, ਬਾਕੀ ਵੱਡੇ ਗੁਰੂਆਂ ਦੇ ਕੋਲ ਇਹਨਾਂ ਦੇ ਵਡੇਰੇ ਰਹੇ ਨੇ। ਗੱਜ ਕੇ ਆਖੋ ਵਾਹਿਗੁਰੂ। ਦਸਵੇਂ ਪਾਤਸ਼ਾਹ ਦਾ ਸਮਾਂ ਚੱਲ ਰਿਹਾ ਤੇ ਭਾਈ ਨੰਦ ਚੰਦ ਜੀ ਦੇ ਵਡੇਰੇ ਗੁਰੂ ਅਰਜਨ ਸਾਹਿਬ ਦੇ ਵੇਲੇ ਦੀ ਸੇਵਾ ਕਰਦੇ ਹੁੰਦੇ ਹੈਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ, ਮਹਾਰਾਜ ਕਹਿੰਦੇ ਮਾਮਾ ਜੀ, ਨੰਦ ਚੰਦ ਦੇ ਵਡੇਰੇ ਵੱਡੇ ਗੁਰੂਆਂ ਦੇ ਕੋਲ ਸੇਵਾ ਕਰਦੇ ਰਹੇ। ਕਹਿਣ ਲੱਗੇ ਹਾਂਜੀ, ਨਿਤ ਰਹੇ ਸੇਵਕੀ ਕਰਤ ਨੇਰ, ਬੜੇ ਪਿਆਰ ਨਾਲ ਸੇਵਾ ਕਰਦੇ ਰਹੇ ਤੇ ਗੁਰੂ ਸਾਹਿਬਾਂ ਦੇ ਨੇੜੇ ਰਹੇ ਇਹਦਾ ਖਾਨਦਾਨ। ਹਾਂਜੀ, ਜਿਮ ਉਮਰ ਸ਼ਾਹ ਕਹਿ ਨਾਮ ਲੋਕ, ਹਾਂਜੀ, ਰਾਖਿਓ ਨਜ਼ਦੀਕ ਨਿੱਕੇ ਬਿਲੋਕ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਨੰਦ ਚੰਦ ਜੀ ਦੇ ਦਾਦਾ ਜੀ ਬਾਬਾ ਉਮਰ ਸ਼ਾਹ ਜੀ ਰਹਿੰਦੇ ਹੁੰਦੇ ਸੀਗੇ ਜੀ, ਭਾਈ ਉਮਰ ਸ਼ਾਹ ਵੀ ਇਹਨਾਂ ਨੂੰ ਕਹਿੰਦੇ ਸੀਗੇ, ਉਹ ਮਹਾਰਾਜ ਦੇ ਕੋਲ ਰਹਿੰਦੇ ਹੁੰਦੇ ਸੀਗੇ ਤੇ ਬੜੀ ਸੇਵਾ ਕਰਦੇ ਹੁੰਦੇ ਸੀਗੇ। ਮਹਾਰਾਜ ਕਹਿਣ ਲੱਗੇ ਨੰਦ ਚੰਦ ਦੇ ਵਡੇਰੇ ਵੀ ਤੇ ਗੁਰੂ ਘਰ ਵਿੱਚ ਸੇਵਾ ਕਰਦੇ ਰਹੇ ਨੇ। ਹਾਂਜੀ, ਤੇਹ ਕੇਰ ਪੁੱਤਰ ਇਹ ਨੰਦ ਚੰਦ, ਤੇ ਫਿਰ ਛੇਵੇਂ ਪਾਤਸ਼ਾਹ ਦੇ ਵੇਲੇ ਵੀ ਉਮਰ ਚੰਦ ਜੀ ਰਹੇ ਨੇ ਤੇ ਉਹਨਾਂ ਦਾ ਪੁੱਤਰ ਆ ਨੰਦ ਚੰਦ, ਤੇ ਗੱਲਾਂ ਬੜੀਆਂ ਦਲੇਰੀ ਵਾਲੀਆਂ ਨੇ। ਹਾਂਜੀ, ਅਬ ਕਰੈ ਵੀਰ ਦਰਜਾ ਬਿਲੰਦ, ਤੇ ਸਾਡਾ ਜੀ ਕਰਦਾ ਨੰਦ ਚੰਦ ਦੇ ਬਚਨ ਸੁਣ ਕੇ, ਨੰਦ ਚੰਦ ਦੀਆਂ ਦਲੇਰੀ ਭਰੀਆਂ ਗੱਲਾਂ ਸੁਣ ਕੇ ਇਹਨੂੰ ਫੌਜਾਂ ਦਾ ਮੁਖੀਆ ਥਾਪ ਦੀਏ। ਕਹਿਣ ਲੱਗੇ ਵੱਡਾ ਸੂਰਬੀਰ ਬਣਾ ਦੀਏ ਇਹਨੂੰ, ਕਿਉਂ ਫੌਜ ਤੇ ਮਹਾਰਾਜ ਨੇ ਰੱਖੀ ਹੈ। ਮਹਾਰਾਜ ਕਹਿੰਦੇ ਇਹਨੂੰ ਮੁਖੀਆ ਬਣਾ ਦੇਣਾ ਜੀ। ਵੇਖ ਲਓ ਗੱਲਾਂ ਦਾ ਕਿੰਨਾ ਪ੍ਰਭਾਵ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਦਲੇਰੀ ਦੀਆਂ ਗੱਲਾਂ ਕਰੇ ਤੇ ਵੱਡੇ ਮਹਾਰਾਜ ਦੀਆਂ ਖੁਸ਼ੀਆਂ ਵੀ ਲੈ ਲੈਂਦਾ ਜੀ। ਹਾਂਜੀ, ਦਲੇਰੀ ਦੀਆਂ ਗੱਲਾਂ ਕਰੇ ਤੇ ਸਿੰਘਾਂ ਦੇ ਤੇ ਬੋਲੇ ਹੀ ਬੜੇ ਦਲੇਰੀ ਵਾਲੇ ਹੁੰਦੇ ਜੀ, ਉਹ ਮੈਂ ਸੁਣ ਰਿਹਾ ਸਾਂ ਜੀ। ਹਾਂਜੀ, 84 ਦਾ ਸਮਾਂ ਜੀ, ਤੇ ਨਿਹੰਗ ਸਿੰਘ ਇੱਕ ਜੀ, ਉਹਨੇ ਝੋਲੇ 'ਚ ਗੰਢੇ ਪਾਏ ਜੀ, ਤੋ ਪਿੰਡ ਨੂੰ ਜਾਵੇ ਜੀ ਆਪਣੇ। ਹਾਂਜੀ, ਤੇ ਉਤਾਰ ਲਿਆ ਜੀ ਸਾਰਿਆਂ ਨੂੰ ਥੱਲੇ, ਜਦੋਂ ਮਰਜ਼ੀ ਬੱਸ ਰੋਕ ਕੇ ਚੈੱਕ ਹੁੰਦੀ ਹੁੰਦੀ ਸੀਗੀ, ਉਤਾਰ ਲਿਆ ਤੇ ਉਹਨਾਂ ਪੁੱਛਿਆ ਨਿਹੰਗ ਸਿੰਘ ਨੂੰ ਵੀ ਬਾਬਾ ਇਸ ਝੋਲੇ 'ਚ ਕੀ ਹੈ।
ਤੇ ਨਿਹੰਗ ਸਿੰਘ ਪਤਾ ਗੰਡਿਆਂ ਨੂੰ ਕੀ ਕਹਿੰਦੇ ਜੀ, ਗਰਨੇਟ ਗੱਜ ਕੇ ਆਖੋ ਵਾਹਿਗੁਰੂ, ਕਹਿਣ ਲੱਗੇ ਇਹਨੇ ਝੋਲੇ 'ਚ ਗਰਨੇਟ ਰੱਖੇ ਨੇ ਜੀ, ਉਹ ਤੇ ਫੌਜਾਂ ਸਾਰੀਆਂ ਹੈਰਾਨ ਹੋ ਗਈਆਂ, ਹੈ ਆਮ ਜਿਹਾ ਬਾਬਾ ਤੇ ਕਿਵੇਂ ਗਰਨੇਟ ਰੱਖੀ ਫਿਰਦਾ ਝੋਲੇ ਵਿੱਚ ਜੀ। ਉਹ ਬੜੇ ਹੈਰਾਨ ਹੋ ਗਏ ਸਾਰੇ, ਜਦੋਂ ਝੋਲਾ ਚੈੱਕ ਕੀਤਾ ਤੇ ਵਿੱਚੋਂ ਗੰਢੇ ਨਿਕਲ ਆਏ ਜੀ। ਉਹ ਕਹਿੰਦੇ ਆਹ ਕੀ ਹੈ, ਤੇ ਉਹ ਕਹਿਣ ਲੱਗਾ ਵੀ ਸਾਡੇ ਤੇ ਇਹੋ ਹੀ ਗਰਨੇਟ ਨੇ। ਕਹਿਣ ਲੱਗਾ ਕਹਿਣ ਲੱਗੇ ਜੋ ਮਰਜ਼ੀ, ਇਹਨਾਂ ਦੀਆਂ ਗੱਲਾਂ ਬੜੀਆਂ ਦਲੇਰੀ ਵਾਲੀਆਂ। ਕਹਿਣ ਲੱਗੇ ਬਚਨ ਬੜੇ ਦਲੇਰੀ ਵਾਲੇ ਕਰਦੇ, ਆਨੰਦ ਚੰਦ ਜੀ ਨੇ ਬਚਨ ਹੀ ਲਾਗੇ ਬੜੀ ਦਲੇਰੀ ਵਾਲੇ ਕੀਤੇ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ ਇਹਨੂੰ ਸੂਰਬੀਰ ਬਣਾ ਦੇਣਾ। ਕਹਿਣ ਲੱਗੇ ਇਹਨੂੰ ਸੂਰਬੀਰ ਫੌਜਾਂ ਦਾ ਮੁਖੀਆ ਬਣਾ ਦੇਣਾ। ਕਹਿਣ ਲੱਗੇ ਹਾਂਜੀ, ਸੁਣ ਕੇ ਕਿਰਪਾਲ ਸਨਮਾਨ ਸਾਥ, ਬਚਪਨਿਓ ਆਪ ਹੋ ਸਕਲ ਨਾਥ। ਸਾਧ ਸੰਗਤ ਮਾਮਾ ਕਿਰਪਾਲ ਚੰਦ ਜੀ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਮਹਾਰਾਜ ਮਾਲਕ ਹੋ, ਜਿਹਨੂੰ ਮਰਜ਼ੀ ਜੋ ਮਰਜ਼ੀ ਬਣਾ ਦਿਓ, ਮਰਜ਼ੀ ਤੇ ਤੁਹਾਡੀ ਚੱਲਣੀ ਹੈ। ਹਾਂਜੀ, ਸਮੁਦਾਇ ਸੈਨ ਮੈਂ ਇੱਕ ਦੀਵਾਨ, ਚਾਹੀਏ ਤੇ ਜ਼ਰੂਰ ਬੜ ਸਾਵਧਾਨ। ਬਾਕੀ ਇੱਕ ਦੀਵਾਨ ਤੇ ਚਾਹੀਦਾ ਹੀ ਹੈ, ਜਿਹੜਾ ਸਾਵਧਾਨ ਰਹਿੰਦਾ ਹੋਵੇ, ਜਿਹੜਾ ਸਿਆਣਾ ਹੋਵੇ। ਇਹੋ ਜਿਹੇ ਇੱਕ ਮੁਖੀਏ ਦੀ ਵੀ ਲੋੜ ਹੈ। ਹਾਂਜੀ, ਸਭ ਕੀ ਸੰਭਾਲ ਜੋ ਲੇ ਹਮੇਸ਼, ਜਿਹੜਾ ਹਮੇਸ਼ਾ ਸਾਰਿਆਂ ਦਾ ਧਿਆਨ ਰੱਖਦਾ ਹੋਵੇ। ਮਹਾਰਾਜ ਐਸੇ ਸਿੱਖ ਦੀ ਤੇ ਲੋੜ ਹੈ ਹੀ ਹੈ। ਹਾਂਜੀ, ਕਿਸ ਥਾਨ ਪਠਨ ਨਿਜ ਨਰ ਵਿਸ਼ੇਸ਼, ਤੇ ਕਈ ਵਾਰ ਆਪਣੀ ਥਾਨ ਤੇ ਵੀ ਤੁਹਾਨੂੰ ਭੇਜਣਾ ਪੈ ਸਕਦਾ ਕਿਸੇ ਨੂੰ। ਮਹਾਰਾਜ ਐਸੇ ਸਿੱਖ ਦੀ ਲੋੜ ਤੇ ਹੈ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਹਾਂਜੀ, ਇਤੇ ਆਦਿ ਕਾਜ ਸਮੁਦਾਇ ਜੋਏ, ਬਿਨ ਨਰ ਵਿਸਾਲ ਨਹਿ ਬਨਹਿ ਕੋਏ। ਇਸ ਤਰੀਕੇ ਨਾਲ ਮਹਾਰਾਜ ਹੋਰ ਕਈ ਕੰਮ ਪੈ ਸਕਦੇ ਨੇ। ਹਾਂਜੀ, ਤਬ ਸਿਰ ਪਾਓ ਸਤਿਗੁਰੂ ਮੰਗਾਇਓ, ਹੱਥ ਜੋੜੋ ਤੇ ਗੱਜ ਕੇ ਆਖੋ ਸਾਰੇ ਵਾਹਿਗੁਰੂ। ਲਓ ਸੰਗਤ ਜੀ, ਦਲੇਰੀ ਵਾਲਾ ਕੀਤਾ ਬਚਨ ਤੇ ਦੂਜੇ ਕੜਾਹ ਖਾਣੇ ਜਿਹੜੇ, ਚਲੋ ਸ਼ਬਦ ਤਾਂ ਨਹੀਂ ਵਰਤਣਾ ਚਾਹੀਦਾ, ਪਰ ਉਹ ਗੁਰੂ ਘਰ ਵਿੱਚ ਰਹਿ ਕੇ ਲੰਗਰ ਤੱਕ ਹੀ ਸੀਮਤ ਸਨ, ਸੂਰਮਤਾਈ ਤੱਕ ਸੀਮਤ ਨਹੀਂ ਸੀ ਹੈਗੇ ਜੀ। ਉਹਨਾਂ ਨੂੰ ਵੀ ਬੜੀ ਵੱਡੀ ਸਿੱਖਿਆ ਮਿਲਦੀ। ਭਾਈ ਆਨੰਦ ਚੰਦ ਹੋਣਾ ਦਲੇਰੀ ਵਾਲੇ ਕੀਤੇ ਬਚਨ, ਤੇ ਮਹਾਰਾਜ ਸੱਚੇ ਪਾਤਸ਼ਾਹ ਮਾਮਾ ਜੀ ਨੂੰ ਕਹਿੰਦੇ ਸਰੋਪਾ ਲੈ ਕੇ ਆਓ। ਕਹਿਣ ਲੱਗੇ ਆਨੰਦ ਚੰਦ ਜੀ ਨੂੰ ਸਰੋਪਾ ਪਾਉਣਾ। ਕਹਿਣ ਲੱਗੇ ਹਾਂਜੀ, ਸਭ ਸਭਾ ਸ਼ੁਭਤ ਆਸ਼ੇ ਲਗਾਏ, ਸਾਰੀ ਸਭਾ ਲਾਓ। ਕਹਿਣ ਲੱਗੇ ਸਾਰੇ ਆ ਕੇ ਬੈਠਣ, ਤੇ ਫਿਰ ਆਪਾਂ ਸਾਰਿਆਂ ਦੇ ਵਿੱਚ ਆਨੰਦ ਚੰਦ ਨੂੰ ਦੀਵਾਨ ਥਾਪਣਾ ਆਪਣਾ। ਹਾਂਜੀ, ਭੱਟ ਬਰਿੰਦ ਮਸੰਦ ਬਿਲੰਦ ਜੇ, ਬਾਕੀ ਦੂਜੇ ਜਿਹੜੇ ਮਸੰਦ ਨੇ ਉਹਨਾਂ ਨੂੰ ਵੀ ਸੱਦੋ, ਉਹਨਾਂ ਨੂੰ ਵੀ ਪਤਾ ਲੱਗੇ, ਸਾਰਿਆਂ ਨੂੰ ਸੱਦੋ, ਭੱਟਾਂ ਨੂੰ ਸੱਦੋ। ਹਾਂਜੀ, ਤਿੰਨ ਮੈਂ ਬਿਠਾਏ ਆਨੰਦ ਦੇ, ਸੱਚੇ ਪਾਤਸ਼ਾਹ ਨੇ ਸਾਰੀ ਸਭਾ ਲਵਾਈ, ਤੇ ਆਪ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਸਰੋਪਾ ਰੱਖਿਆ ਹੋਇਆ ਇੱਕ। ਹਾਂਜੀ, ਤੇ ਬਖਸ਼ ਖਿਲਤ ਕੀਨੋ ਦੀਵਾਨ, ਤੇ ਆਨੰਦ ਚੰਦ ਜੀ ਨੂੰ ਅੱਗੇ ਸੱਦ ਕੇ ਸਾਰੀ ਸੰਗਤ ਦੇ ਵਿੱਚ ਆਪਣੇ ਹੱਥੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਰੋਪਾ ਪਾਇਆ। ਸਾਧ ਸੰਗਤ ਜੀ ਆਪਣੇ ਹੱਥੀਂ ਸਰੋਪਾ ਪਾਤਾ, ਤੁਸੀਂ ਵੇਖ ਲਓ ਉਹਨੇ ਗੱਲ ਦਲੇਰੀ ਵਾਲੀ ਕੀਤੀ ਜੀ। ਹਾਂਜੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਰੱਖਣ ਸੁੱਖ ਜੀ। ਹਾਂਜੀ, ਖੁਸ਼ੀਆਂ ਵਾਲੇ ਬਖਸ਼ਣ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਮੇਂ, ਅਤੇ ਇਹੋ ਜਿਹੇ ਸਮੇਂ ਵਿੱਚ ਦਲੇਰੀ ਵਾਲੀਆਂ ਹੀ ਗੱਲਾਂ ਕਰਿਆ ਕਰੋ ਜੀ, ਦਲੇਰੀ ਵਾਲੀਆਂ ਹੀ ਗੱਲਾਂ ਕਰਿਆ ਕਰੋ। ਕਿਉਂ, ਇਹ ਆਮ ਤੌਰ 'ਤੇ ਲੱਗ ਜਾਂਦਾ ਪਤਾ ਬੰਦੇ ਦਾ ਜੀ, ਉਹ ਸੰਗਤ ਕਿੰਨੀ ਆਉਣੀ ਹੋਵੇ, ਘਰ 'ਚ ਜੀ ਕਿੰਨੇ ਆਉਣੇ ਹੋਣ, ਅਤੇ ਜਿਹਦਾ ਮਨ ਸੂਮ ਹੈ ਉਹ ਇੰਨਾ ਕੁ ਲੰਗਰ ਧਰ ਕੇ ਬਹਿ ਜੇ ਤਾਂ ਗੁਜ਼ਾਰਾ ਥੋੜ੍ਹੀ ਹੋਏਗਾ ਜੀ। ਜਿਹੜਾ ਦਲੇਰ ਹੋਏਗਾ ਮਨ ਦਾ, ਉਹ ਤਾਂ ਬਣਾਏਗਾ ਖੁੱਲ੍ਹਾ ਪਦਾਰਥ ਜੀ, ਵੀ ਕੋਈ ਗੱਲ ਨਹੀਂ ਜੀ। ਅਤੇ ਇਹ ਮਨ ਦੀ ਦਲੇਰੀ ਹੁੰਦੀ ਸਾਰੀ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਆਨੰਦ ਚੰਦ ਜੀ ਨੂੰ ਸਰੋਪਾ ਪਾਇਆ ਜੀ। ਹਾਂਜੀ, ਸਭ ਮੈਂ ਬਿਠਾਏ ਕਰੁਣਾ ਨਿਧਾਨ, ਸਾਰਿਆਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਠਾਇਆ ਜੀ। ਹਾਂਜੀ, ਲੈ ਸਿਰ ਪਾਓ ਉੱਠ ਆਨੰਦ ਚੰਦ, ਦੀਦਾਰ ਨਜ਼ਰ ਦੀਨਸ ਮੁਕੰਦ। ਆਨੰਦ ਚੰਦ ਜੀ ਨੇ ਇੱਕ ਮੋਹਰ ਸੱਚੇ ਪਾਤਸ਼ਾਹ ਨੂੰ ਰੱਖ ਕੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਦੇ ਚਰਨਾਂ ਚ। ਹਾਂਜੀ, ਸਭ ਕਾਰ ਚਮੋ ਅਧਿਕ ਜਿਕੇਤ, ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ, ਜਿਹੜੇ ਮਸੰਦ ਮਾਤਾ ਜੀ ਨੂੰ ਸ਼ਿਕਾਇਤਾਂ ਲਾਉਂਦੇ ਸੀਗੇ ਉਹ ਵੀ ਵਿੱਚੇ ਹੀ ਬੈਠੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ
ते जिन्ने भी मसंद ने सुन लो नंद चंद साडा बड़ा सूरमा कहन लगे ए बड़ा जोधा ए बचन बड़े वधिया करदा सच्चे पातशाह महाराज कहन लगे अज तो बाद ए साडा दीवान होएगा कहन लगे सब फौजां इहदे अधीन होया करनगियां कहन लगे ए फौजां दा होर वस्तुआं दा मुखी सिख होएगा कहन लगे हां जी सौंपी संभार करबे अनेक इहदी दलेरी वेख के इहदा मन वेख के महाराज कहिंदे असीं इहनूं खास जिम्मेवारी सौंप दित्ती कहन लगे हां जी हाय बिंद अधिक जोधान दीन घोड़े जोधे सारे कहन लगे अज तो बाद इस सिख दे अधीन रहणगे हां जी सब हून त्रिणन दाना सोकीन ते सारिआं नूं घा दाणा जो किसे नूं वस्तु चाहीदी है ओह साडे कोल ना आवे ते नंद चंद कोल जाया करे कहन लगे नंद चंद ओहनूं माया दया करेगा वेख लो महाराज सच्चे पातशाह दियां खुशियां लै लिया छोटी गल करके जी गल है ते छोटी पर है बड़ी दलेरी वाली सी ना जी उन्हां बचना दे पिछे दलेरी बड़ी है जी ते सच्चे पातशाह महाराज किन्ने खुश एक दलेरी वाली गल करन ते महाराज खुश हो जाणगे ते तुही खुद हिसाब लाओ जिन्हां ने गुरु साहब दे एक इशारे ते जाना कुर्बान करनिया महाराज उन्हां ते किन्ने खुश होणगे जी महाराज उन्हां ते किन्ना खुश होणगे ਇਹ ਤੇ ਮਹਾਰਾਜ ਨੇ ਆਪਣੇ ਘਰ ਦਾ ਦੀਵਾਨ ਬਣਾਇਆ ਉਹਨਾਂ ਨੂੰ ਤੇ ਸੱਚਖੰਡ ਦੀ ਵੀ ਮਾਲਕੀ ਮਹਾਰਾਜ ਦੇ ਸਕਦੇ ਜੀ ਹਾਂਜੀ ਇਹਦੇ ਤੋਂ ਅੱਗੇ ਪ੍ਰਸੰਗ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਹਾਂਜੀ ਅੱਜ ਦੇ ਪ੍ਰਸੰਗ ਵਿੱਚੋਂ ਤੇ ਉਹ ਬੜੀ ਸਿੱਖਿਆ ਮਿਲਦੀ ਵੀ ਬੰਦਾ ਮਨੋ ਦਲੇਰ ਰਵੇ ਜੀ ਨਿੱਕੀ ਨਿੱਕੀ ਗੱਲ ਤੇ ਘਬਰਾਵੇ ਨਾ ਤੇ ਸਤਿਗੁਰੂ ਤੇ ਰੱਖੇ ਭਰੋਸਾ ਜੀ ਨੰਦ ਚੰਦ ਜੀ ਨੇ ਜੇ ਦਲੇਰੀ ਵਾਲੇ ਬਚਨ ਕੀਤੇ ਤੇ ਗੁਰੂ ਸਾਹਿਬ ਦੇ ਭਰੋਸੇ ਤੇ ਕੀਤੇ ਜੀ ਵੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਵੱਡੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਕਾਰਜ ਕਰਨੇ ਤੁਹਾਡੀ ਕਿਰਪਾ ਨਾਲ ਸਾਰਾ ਕੰਮ ਹੋਏਗਾ ਤੇ ਦਲੇਰੀ ਹੀ ਨਾ ਜੀ ਬਾਬਾ ਬਚਿੱਤਰ ਸਿੰਘ ਜੀ ਦੀ ਨਿੱਕਾ ਜਿਹਾ ਸਰੀਰ ਤੇ ਇੱਕ ਬੰਨੇ ਵੱਡੇ ਸਰੀਰ ਵਾਲਾ ਦੁਨੀ ਚੰਦ ਮਹਾਰਾਜ ਤੇ ਭਰੋਸਾ ਨਹੀਂ ਸੀ ਹੈਗਾ ਜੀ ਹਾਥੀ ਨੂੰ ਨਾ ਸ਼ਰਾਬ ਪਿਆ ਕੇ ਮਹਾਰਾਜ ਦੇ ਕੋਲ ਲੈ ਆਏ ਜੀ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਾਡਾ ਵੀ ਹਾਥੀ ਹੈਗਾ ਕਹਿਣ ਲੱਗੇ ਦੁਨੀ ਚੰਦ ਨੂੰ ਆਖਿਆ ਦੁਨੀ ਚੰਦ ਜੀ ਨੂੰ ਭਰੋਸਾ ਨਹੀਂ ਸੀਗਾ ਜੀ ਉਹ ਪਛਾਣ ਭੱਜ ਗਏ ਜੀ ਭਾਈ ਬਚਿੱਤਰ ਸਿੰਘ ਜੀ ਬੜਾ ਛੋਟਾ ਜਿਹਾ ਸਰੀਰ ਉਮਰ ਵੀ ਬਹੁਤੀ ਵੱਡੀ ਨਹੀਂ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੇ ਸਿਰ 'ਤੇ ਰੱਖੋ ਹੱਥ ਤੁਹਾਡਾ ਕਿਰਪਾ ਭਰਿਆ ਹੱਥ ਹੋਵੇ ਤੇ ਹਾਥੀ ਵੀ ਕੀੜੀ ਲੱਗਦਾ ਮਹਾਰਾਜ ਮਹਾਰਾਜ ਬੜੇ ਖੁਸ਼ ਹੋਏ ਮਹਾਰਾਜ ਨੇ ਥਾਪੜਾ ਦਿੱਤਾ ਨਾਗਨੀ ਵਰਸ਼ਾ ਦਿੱਤਾ ਮਹਾਰਾਜ ਕਹਿੰਦੇ ਫਿਰ ਕਰ ਹਾਥੀ ਦਾ ਮੁਕਾਬਲਾ ਉਹ ਨਾਗਨੀ ਵਰਸ਼ਾ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਸੁਭਾਇਮਾਨ ਹੈ ਜੀ ਤੁਸੀਂ ਤਖ਼ਤ ਸਾਹਿਬ 'ਤੇ ਦਰਸ਼ਨ ਕਰਨ ਜਾਓ ਅਤੇ ਜਿੱਥੇ ਸ਼ਸਤਰ ਨੇ ਨਾ ਜੀ ਉੱਥੇ ਨਾਗਨੀ ਵਰਸ਼ਾ ਵੀ ਪਿਆ ਹੋਇਆ ਜੀ ਕਹਿਣ ਦਾ ਭਾਵ ਭਰੋਸਾ ਰੱਖ ਕੇ ਜਿਹੜਾ ਵੀ ਬਚਨ ਕਰੋ ਗੁਰੂ ਸਾਹਿਬ ਪੂਰਾ ਕਰ ਦੇਣਗੇ ਗੱਜ ਕੇ ਆਖੋ ਵਾਹਿਗੁਰੂ ਜਿਹੜਾ ਬਚਨ ਕਰਨਾ ਜਿਹੜੀ ਗੱਲ ਕਰਨੀ ਗੁਰੂ ਸਾਹਿਬ 'ਤੇ ਭਰੋਸਾ ਰੱਖ ਕੇ ਕਰਨੀ ਹੈ ਜੀ ਪੱਲੇ ਬਹੁਤ ਕੁਝ ਹੋਵੇ ਅਤੇ ਗੁਰੂ ਸਾਹਿਬ 'ਤੇ ਭਰੋਸਾ ਰੱਖ ਕੇ ਨਾ ਗੱਲ ਕੀਤੀ ਹੋਵੇ ਤਾਂ ਬੜੇ ਬੜੇ ਬੰਦੇ ਫੇਲ ਹੋ ਜਾਂਦੇ ਜੀ ਅਤੇ ਪੱਲੇ ਕੁਝ ਵੀ ਨਾ ਹੋਵੇ ਅਤੇ ਸਤਿਗੁਰੂ ਜੀ 'ਤੇ ਭਰੋਸਾ ਰੱਖ ਕੇ ਬੰਦਾ ਗੱਲ ਕਰਦੇ ਅਤੇ ਮਹਾਰਾਜ ਪੇਠਣੀ 'ਚ ਲੱਗਣ ਦਿੰਦੇ ਜੀ ਭਰੋਸਾ ਰੱਖ ਕੇ ਦਲੇਰੀ ਵਾਲਾ ਬਚਨ ਕਰ ਦਿਆ ਕਰਿਓ ਮਹਾਰਾਜ ਆਪੇ ਮਿਹਰ ਕਰ ਦਿੰਦੇ ਜੀ ਕਿਉਂ ਵਿੱਚ ਕਰਤਾ ਪੁਰਖ ਖਲੋਆ ਵਾਲ ਦਾ ਵਿੰਗਾ ਹੋਆ ਗੱਲ 'ਤੇ ਕਰਤੇ ਪੁਰਖ ਦੀ ਹੈ ਜੀ ਸਾਰੀ ਜੀ ਹਾਂਜੀ ਕਿਰਪਾ 'ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਨੀ ਹੈ ਨੰਦ ਚੰਦ ਜੀ ਹੋਣਾ ਵਿੱਚ ਸਰੀਰਕ ਬਲ ਭਾਵੇਂ ਨਾ ਵੀ ਹੋਵੇ ਉਹਨਾਂ ਮਹਾਰਾਜ ਦੇ ਭਰੋਸੇ ਬਚਨ ਕਰਤਾ ਵੀ ਆ ਲੈਣ ਦਿਓ ਫੌਜਾਂ ਨੂੰ ਜਰਾ ਮਹਾਰਾਜ ਫਿਰ ਇਹਨਾਂ ਨੂੰ ਦੱਸਾਂਗੇ ਅਤੇ ਮਹਾਰਾਜ ਬਚਨ ਸੁਣ ਕੇ ਪ੍ਰਸੰਨ ਹੋ ਗਏ ਜੀ ਭਰੋਸਾ ਰੱਖਣਾ ਸੱਚੇ ਪਾਤਸ਼ਾਹ 'ਤੇ ਅਤੇ ਭਰੋਸੇ ਵਾਲਿਆਂ ਵਾਸਤੇ ਵੱਡੀਆਂ ਵੱਡੀਆਂ ਵੀ ਔਂਕੜਾਂ ਛੋਟੀਆਂ ਜੀਆਂ ਨੇ ਜੀ ਅਤੇ ਮਾਫ਼ ਕਰਿਓ ਜਿਨ੍ਹਾਂ ਦਾ ਭਰੋਸਾ ਕੋਈ ਨਹੀਂ ਉਹਨਾਂ ਲਈ ਛੋਟੀ ਜਿਹੀ ਵੀ ਔਂਕੜ ਪਹਾੜ ਜਿੱਡੀ ਹੋ ਜਾਂਦੀ ਜੀ
ਛੋਟੀ ਜਿਹੀ ਔਂਕੜ ਵੀ ਪਹਾੜ ਜਿੱਗੀ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਮਹਾਰਾਜ 'ਤੇ ਭਰੋਸਾ ਰੱਖ ਕੇ ਫਿਰ ਬਚਨ ਕਰਨਾ। ਕੋਈ ਵੀ ਗੱਲ ਕਰਨੀ ਹੈ ਮਹਾਰਾਜ 'ਤੇ ਭਰੋਸਾ ਰੱਖ ਕੇ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨੂੰ ਵਿੱਚ ਲੈ ਕੇ ਗੱਲ ਕਰਨੀ ਹੈ, ਫਿਰ ਸੱਚੇ ਪਾਤਸ਼ਾਹ ਮਿਹਰ ਕਰਨਗੇ। ਇੱਥੋਂ ਤੱਕ ਗੁਰਦੁਆਰਾ ਸਾਹਿਬ ਵੀ ਆਉਣਾ ਨਾ, ਇਹ ਨਹੀਂ ਕਹਿਣਾ ਵੀ ਮੈਂ ਚੱਲਾਂ ਗੁਰਦੁਆਰੇ ਜਾਂ ਮੈਂ ਇਹ ਕੰਮ ਕਰਨਾ। ਆਖੜਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਕੰਮ ਕਰਾ ਰਹੇ ਨੇ ਜੀ। ਮਨ ਵਿੱਚ ਨਿਮਰਤਾ ਵੀ ਰੱਖਣੀ, ਇਹ ਨਹੀਂ ਵੀ ਉੱਤੋਂ ਬੋਲ ਬੋਲਣੇ ਅਤੇ ਵਿੱਚ ਫਿਰ ਗੁਮਾਨ ਹੀ ਰੱਖਣਾ ਜੀ। ਬਸ ਕਿਰਪਾ ਕਰਕੇ ਮਹਾਰਾਜ ਹੁਣ ਸਾਡੇ 'ਤੇ ਕਿਰਪਾ ਕਰਦੇ ਅਤੇ ਰੋਜ਼ ਲੈ ਆਉਂਦੇ ਜੀ। ਹਾਂਜੀ, ਅਤੇ ਜਿੱਦਣ ਮੈਂ ਵਿੱਚ ਆ ਕੇ ਮੈਂ ਪ੍ਰੋਗਰਾਮ ਬਣਾਉਣੇ ਨੇ ਅਤੇ ਉੱਦਣ ਫਿਰ ਸਾਰਾ ਕੁਝ ਅਧੂਰਾ ਹੋ ਜਾਂਦਾ ਜੀ। ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਹਨਾਂ ਕੰਮ ਕਰਦਿਆਂ ਵੀ ਗੁਰੂ ਦੀ ਕਿਰਪਾ ਨੂੰ ਅੱਗੇ ਰੱਖਣਾ ਜੀ। ਸਤਨਾਮ ਵਾਹਿਗੁਰੂ 5-7 ਮਿੰਟ ਬੋਲਣਾ ਅਤੇ ਕਹਿ ਕੇ ਵੇਖ ਲਓ ਵੀ ਅੱਜ ਅਸੀਂ ਸਤਨਾਮ ਵਾਹਿਗੁਰੂ ਕਰਕੇ ਆਏ ਹਾਂ। ਵੇਖ ਲਿਓ ਅਗਲੇ ਦਿਨ ਨਾ ਸਬੱਬ ਹੀ ਨਹੀਂ ਬਣਦਾ ਬੋਲਣ ਦਾ ਜੀ। ਇੰਨਾ ਕੰਮ ਕਰਨ ਲੱਗਿਆਂ ਵੀ ਸਤਿਗੁਰ ਜੀ ਦੀ ਕਿਰਪਾ ਨੂੰ ਅੱਗੇ ਰੱਖਣਾ, ਬਚਨ ਕਰਨਾ, ਵਿੱਚ ਮਹਾਰਾਜ ਦੀ ਕਿਰਪਾ ਲੈ ਕੇ ਆਉਣੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸਾਨੂੰ ਸਾਰਿਆਂ ਨੂੰ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਤਾਂ ਆਪਾਂ ਸਾਰੇ ਬੋਲ ਰਹੇ ਹਾਂ ਜੀ। ਹਾਂਜੀ, ਹੁਣ ਇੱਕ ਵਾਰੀ ਦਾਸ, ਫਿਰ ਇੱਕ ਵਾਰੀ ਸਾਰੇ ਸਿੰਘ ਅਤੇ ਇੱਕ ਵਾਰੀ ਸਾਰੀਆਂ ਸਤਿਕਾਰਯੋਗ ਮਾਵਾਂ ਪ੍ਰੇਮ ਨਾਲ ਗੱਜ ਕੇ ਜਪੋ, ਫਿਰ ਆਪਾਂ ਖਿਮਾ ਮੰਗੀਏ। ਸਾਰੀ ਸੰਗਤ ਆਖੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ।
ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ। ਅਗਲੇਰਾ ਇਤਿਹਾਸ ਦਾ ਪ੍ਰਸੰਗ ਫਿਰ ਆਪਾਂ ਕੱਲ੍ਹ ਦੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।